मरना तो हर एक नहीं हुंदा है, पर किने किवें अते कदों मरना है ये उदे कर्म तय करदे ने। सियाणे साची कहंदे ने कि कुछ फैसले असी आप लैने आ ते कुछ जिंदगी साडे लई। अंबर ने भी कदे नहीं सोचिया होना कि उहदे लए फैसले व्याह तो दो दिन पहला उहनूं मौत दे इन्ना करीब लै आउणगे। हेलो। हाँ जी, कौन? मैं गोलू। अच्छा, पार्लर दा मुंडा? तेरी ओ भैन, तेनू कने क्या मैं पार्लर दा मुंडा? ओ पुत, मैं तेरा नवा फुफड़ बोल रहा, मक्खन। मक्खन नवा नहीं, मक्खन ताजा हुंदा, नाले फुफड़ ता हले बन्ना। पुत, फुफड़ नाल बहुते पंगे नहीं लईदे, जा सीधा हो गया दी भुआ नाल गल करा। ते फिर ता मैं वी कहदू मेरी नीरू बाजवा नाल गल करा। करा देगा? मोदी नाल ना करा दा, जाके भुआ नाल गल करा। चलो मैं करौना। ਚੰਨ ਜਿਹਾ ਮੁੱਖ ਤੇਰਾ ਸੱਜਣਾ, ਦੂਜਾ ਫੁੱਲਾਂ ਤੋਂ ਵੀ ਸੋਹਲ ਤੇਰਾ ਹੱਸਣਾ, ਤੀਜਾ ਕਿਵੇਂ ਛੱਡ ਦਈਏ ਤੈਨੂੰ ਤੱਕਣਾ। ਅੱਖਾਂ ਨਾਲ ਅੱਖਾਂ ਚਾਰ ਹੋਣ ਦੇ, ਮੈਂ ਪੰਜਾਂ ਪੀਰਾਂ ਦੇ ਪਤਾਸੇ ਛੇਵੀਂ ਵਾਰ ਸੁੱਖ ਲਏ, ਸੱਤ ਜਨਮਾਂ ਦਾ ਤੇਰਾ ਵੀ ਪਿਆਰ ਪਾਉਣ ਲਈ। ਅੱਛਾ ਜੀ, ਅੱਛਾ ਜੀ, ਮੈਂ ਮਿਲਣ ਆ ਰਿਹਾ ਬਸ। ਨਹੀਂ ਨਹੀਂ, ਤੁਸੀਂ ਕੀ ਕਰਨ ਆਉਣਾ ਇੱਥੇ? ਜੱਟ ਜੀ ਦਾ ਗਰਾਰੀ ਆ, ਮਿਲਣਾ ਤਾਂ ਮਿਲਣਾ। ਮੇਰੀ ਗੱਲ ਤਾਂ ਸੁਣੋ, ਸਮਝਣ ਦੀ ਕੋਸ਼ਿਸ਼ ਕਰੋ, ਮੈਨੂੰ ਔਖਾ ਹੋ ਜਾਣਾ। ਨਾਲੇ ਇੰਨੀ ਦੂਰ ਕਿੱਥੇ ਆਉਂਦੇ ਫਿਰੋਗੇ? ਉਹ ਯਾਰ, ਦੂਰ ਨੂੰ ਕਿਹੜਾ, ਮੈਂ ਸ਼ੁਕਰ ਗ੍ਰਹਿ ਤੇ ਜਾਣਾ, ਅੱਛਾ ਤੂੰ ਤੇਰਾ ਪਿੰਡ ਦਿਖ ਜਾਂਦਾ, ਮੈਂ ਆਇਆ ਲੈ ਬਸ। ਅੱਛਾ, ਛੱਤੋਂ ਤਾਂ ਫਿਰ ਚੰਨ ਵੀ ਦਿਖਦਾ। ਚੰਨ ਨੂੰ ਤਾਂ ਦੇਖਣ ਆਉਣਾ ਹੈ। ਤੁਹਾਨੂੰ ਮੇਰੀ ਸੋਝ, ਤੁਸੀਂ ਆਏ। ਹੈਲੋ ਹੈਲੋ, ਗੁੱਸੇ ਹੋ ਗਏ? ਮਰਜ਼ੀ ਹੈ ਤੇਰੀ। ਅੱਛਾ, ਮੇਰੀ ਗੱਲ ਸੁਣੋ, ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ। ਹਾਂ। ਆਈ ਲਵ। ਉਹ ਤੈਂ ਵੀ ਹੁਣੇ ਬੰਦ ਹੋਣਾ ਸੀ। ਅੰਬਰ ਪੁੱਤ। ਹਾਂਜੀ ਮੰਮਾ। ਪੁੱਤ, ਤੇਰੇ ਮਾਮੇ ਆਏ ਆ, ਆ ਜਾ ਮਿਲਣਾ ਉਹਨਾਂ ਨੂੰ। ਆਉਂਦੀ ਹਾਂ। ਜਲਦੀ ਆ ਜਾ। ਤੁਸੀਂ ਵੀ ਲਓ ਜੀ। ਪੁਰਾਣੇ ਤਾਰ ਠੀਕ ਰਹੇ ਸੀ ਮਿਲਤੇ? ਕਿਹੜੀ ਤਾਰ ਬਾਈ? ਯਾਰ ਤੁਹਾਨੂੰ ਦੱਸਿਆ ਤਾਂ ਸੀਗਾ ਯਾਰ, ਤੋਰ ਕੋਲ ਤਾਰ ਨਕੀ ਲਮਕੀ ਜਾਂਦੀ ਆ ਉੱਥੇ। ਠੀਕ ਹੈ ਬਾਈ, ਮੈਂ ਭੇਜ ਦਿੰਦਾ ਬੰਦਾ। ਹੋਰ ਯਾਰ, ਐਵੇਂ ਕਰੰਟ ਕਰਾਉਂਡਰ ਲੱਗ ਜੇ ਕਿਸੇ ਨੂੰ। ਕਾਫੀ ਪਿਆ ਦਿਓ ਹੁਣੇ ਆਏ। ਠੀਕ ਹੈ ਜੀ, ਠੀਕ ਹੈ, ਇੱਕ ਮਿੰਟ ਚਾਹੋ। ਦੀਪੇ, ਬੜਾ ਭੱਜ ਭੱਜ ਕੇ ਜੇ ਕੰਮ ਕਰ ਰਿਹਾ, ਆਖੋ ਕਿਤੇ ਟਿਕਾ ਲਈ ਕਿਸੇ ਤੇ? ਉਹ ਨਾ ਨਾ ਮਾਮਾ, ਮੈਂ ਤਾਂ ਚਾਹ ਦੀ ਸੇਵਾ ਜੀ ਕਰਦਾ ਸੀ। ਇਹ ਚਾਹ ਹੀ ਸਾਰੇ ਪਵਾੜੇ ਦੀ ਜੜ ਹੈ, ਚਾਹ ਤਾਂ ਦੱਸ ਦੇ ਵੀ ਹੈ ਕੌਣ ਦੱਸ ਦੇ ਯਾਰ ਮਾਮਾ। ਨਾਲੇ ਯਾਰ ਤੂੰ ਆ ਬੜਾ ਮਾਮਾ ਮਾਮਾ ਜਾਂ ਨਾ ਖਾ। ਚੱਲ ਫਿਰ ਮੱਖਣਾ, ਐਂ ਦੱਸ ਬਾਪੂ ਜੀ, ਭੂਆ ਪੁੱਛਦੀ ਸੀ ਸਰਵਾਲਾ ਕਿਹਨੂੰ ਬਣਾਉਣਾ ਮੱਖਣ ਦਾ। ਉਹ ਬੇਟਾ ਮੈਨੂੰ ਕੀ ਪੁੱਛਦੀ ਹੈ, ਜਿਹਦਾ ਬਣਨਾ ਉਹਨੂੰ ਹੀ ਪੁੱਛ ਲੈ। ਉਹ ਸਰਪੰਚ ਸਾਹਿਬ ਗੱਲ ਸੁਣਿਓ। ਅੱਛਾ ਐਂ ਕਰ, ਤੂੰ ਮੱਖਣ ਨੂੰ ਪੁੱਛ ਲੈ, ਮੈਂ ਜਰਾ ਹਲਵਾਈਆਂ ਵੱਲ ਗੇੜਾ ਮਾਰਿਆ। ਠੀਕ ਹੈ, ਉਹ ਆਉਣਾ ਆਉਣਾ ਮੱਖਣਾ। ਆਇਆ ਭੈਣੇ। ਆ ਤੂੰ ਯਾਰ ਜਿੰਮੀ ਨੂੰ ਫੋਨ ਲਾਈ ਮੜ ਜਾ। ਉਹ ਯਾਰ ਮੇਰੇ ਕੋਲ ਤਾਂ ਨੰਬਰ ਹੀ ਹੈ ਨਹੀਂ ਜਿੰਮੀ ਦਾ। ਉਹ ਯਾਰ ਸੇਮ ਜੇ ਨੰਬਰ ਨੇ ਸਾਡੇ, ਉਹਦੇ ਮਗਰ 423 ਲੱਗਦਾ, ਮੇਰੇ ਮਗਰ 422 ਲੱਗਦਾ ਯਾਰ। ਆ ਲੈ, ਲੱਗ ਗਿਆ। ਹੈਲੋ। ਕੀ ਗੱਲ, ਬੜਾ ਸਾਂਝਾ ਚੜਾਇਆ, ਗਰਾਊਂਡ ਤਾਂ ਨਹੀਂ ਜਾਣ ਲੱਗ ਗਿਆ? ਆਹੋ 6x6 ਦੇ। ਤੇਰਾ ਬੜਾ ਲੋਟ ਆਇਆ ਯਾਰ, ਲੋਕਾਂ ਦੀਆਂ ਘਿਓ ਚੁੰਗਲਾਂ ਆਉਂਦੀਆਂ ਨੇ,
ਤੇਰੀਆਂ ਉਂਗਲਾਂ 'ਚ ਕਿਉਂ ਆ ਰਿਹਾ? ਮੈਂ ਕਰਦਾ ਤੈਨੂੰ। ਉਹ ਹੈਲੋ, ਗੱਲ ਤਾਂ ਸੁਣ। ਇਹ ਨਹੀਂ ਟਲਦਾ ਸਾਲਾ, ਮੁੜੇ ਆਓ, ਆ ਫੜ ਨਾਲੇ ਮੇਰਾ ਚਾਰਜਿੰਗ ਤੇ ਲਾ ਦੀ, ਠੀਕ ਹੈ? ਚੱਲ ਠੀਕ। ਆ ਭੈਣੇ ਕਰਦੇ ਰਹੋ, ਜਿਵੇਂ ਜਿਵੇਂ ਜੀ ਕਰਦਾ ਕਰਦੇ ਰਹੋ। ਹਾਂ ਭੈਣੇ, ਕੀ ਕਹਿੰਦੀ ਸੀ? ਮੱਖਣਾ, ਭੂਆ ਪੁੱਛਦੀ ਸੀ ਸਰਵਾਲਾ ਕਿਹਨੂੰ ਬਣਾਉਣਾ? ਆਪਣੇ ਦੀਪੇ ਨੂੰ ਭੈਣੇ, ਹੋਰ ਕਿਹਨੂੰ? ਨਾ ਬਈ ਨਾ, ਸ਼ਰੀਕੇ ਵਾਲਿਆਂ ਨੇ ਗੱਲਾਂ ਬਣਾਉਣੀਆਂ ਨੇ ਵੀ ਸਾਡੇ ਮੁੰਡੇ 'ਚ ਕੀ ਕਮੀ ਰਹਿ ਗਈ ਸੀ ਜਿਹੜਾ ਭਾਣਜੇ ਨੂੰ ਸਰਵਾਲਾ ਬਣਾਉਣ ਲੱਗੇ ਨੇ। ਉਹ ਬਣਾਈ ਜਾਣਦੇ ਭੈਣੇ, ਆਪਾਂ ਨੂੰ ਡਰ ਮਾਰਿਆ ਕਿਸੇ ਦਾ? ਨਾਲੇ ਤੂੰ ਕਹਿੰਦੀ ਵੀ ਮੱਖਣ ਨਹੀਂ ਮੰਨਦਾ ਸੀ। ਛੇ ਅੱਜ ਸਾਡਾ ਨਿੱਕਾ ਜਿਉਂਦਾ ਹੁੰਦਾ ਤਾਂ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਸੀ ਪੁੱਛਣ ਦੀ। ਸੌਰੀ ਸਰ, ਇਨਕੀ ਡੈਥ ਹੋ ਚੁੱਕੀ ਹੈ, ਅਬ ਕੁਛ ਨਹੀਂ ਕੀਆ ਜਾ ਸਕਤਾ, ਸੌਰੀ। ਕੋਈ ਗੱਲ ਨਹੀਂ ਭੈਣੇ, ਜਿਵੇਂ ਰੱਬ ਰਾਜੀ, ਆਪਣਾ ਦੀਪਾ ਵੀ ਤਾਂ ਨਿੱਕੇ ਅਰ ਗਈ ਹੈ, ਹੈਂ? ਤੂੰ ਐਵੇਂ ਦਿਲ ਨਾ ਹੌਲਾ ਕਰਿਆ ਕਰ। ਚੈੱਕ ਕਰ ਮੱਖਣ ਬਰੋ, ਮੇਰਾ ਸਵੈਗ ਲੱਗਦਿਆ ਸਾਗ ਦੇ ਆ। ਆ ਤੂੰ ਕੀ ਉੱਡਣ ਕਟੋਲਾ ਜਿਹਾ ਬਣਿਆ ਫਿਰਦਾ ਹੈ, ਨਿਆਣੇ ਨੂੰ ਡਰਾ ਕੇ ਰੱਖ ਦੇਗਾ ਤੂੰ ਤਾਂ, ਹੈਂ? ਵੇ ਮੱਖਣਾ, ਤੂੰ ਇਹਨੂੰ ਚਾਹ ਪਾਣੀ ਪਿਲਾ, ਨਾਲੇ ਇਹਨੂੰ ਬੰਦਾ ਬਣਾ। ਕੋਈ ਗੱਲ ਨਹੀਂ ਭੈਣੇ, ਕੋਈ ਗੱਲ ਨਹੀਂ। ਦੀਪੇ, ਆ ਕੋਲਡ ਡਰਿੰਕ ਲੈ ਕੇ ਆਪਣੇ ਜੈਗ ਵਾਸਤੇ। ਯੂ ਨੋ ਬ੍ਰੋ, ਕੋਲਡ ਡਰਿੰਕ ਪੀਣਾ ਹਾਰਟ ਅਟੈਕ ਆ ਜਾਂਦਾ। ਚਾਹ ਲਾਇਆ ਫਿਰ? ਨੋ ਬ੍ਰੋ, ਐਸਿਡ ਨੋ ਚਾਹ, ਨੋ ਚਾਹ। ਮਿੱਠਾ ਮੁੱਠਾ ਲਾਇਆ ਫਿਰ? ਨੋ ਬ੍ਰੋ, ਫੈਟ ਬ੍ਰੈਡ ਪਕੌੜੇ ਲਾਇਆ? ਨੋ ਬ੍ਰੋ, ਇਟਸ ਟੂ ਮਚ ਤੇਲ। ਐ ਕਰ ਦੀਪੇ, ਡਾਂਗ ਲੈ ਕੇ ਆ ਯਾਰ। ਠੀਕ ਹੈ, ਡਾਂਗ ਬ੍ਰੋ, ਤੇਰੀ ਮੈਂ ਕਰਾਉਣਾ ਡਾਈਟਿੰਗ। ਓਏ ਬ੍ਰੋ ਯਾਰ, ਜਿਹੜੀਆਂ ਚੀਜ਼ਾਂ ਪੁੱਛਣ ਵਾਲੀਆਂ ਉਹ ਤਾਂ ਪੁੱਛਦਾ ਨਹੀਂ, ਹੋਰ ਹੀ ਕੋ ਪੁੱਛੀ ਜਾਂਦਾ। ਕੀ ਪੁੱਛਦਾ ਫਿਰ? ਦੇਸੀ ਪ੍ਰੋਗਰਾਮ। ਕਿਤੇ ਜਾ ਰਹੇ ਹੈ ਜਿੰਮੀ? ਜ਼ਰੂਰੀ ਕੰਮ ਸੀਗਾ ਇੱਕ। ਕਿਤੇ ਨਹੀਂ ਜਾਣਾ। ਮਹਿਕ, ਡਰਾਮੇ ਜੇ ਨਾ ਕਰਿਆ ਕਰ। ਅੱਛਾ, ਥੋੜੇ ਟਾਈਮ ਪਹਿਲਾਂ ਇਹ ਡਰਾਮੇ ਬੜੇ ਚੰਗੇ ਲੱਗ ਰਹੇ ਸੀ। ਯਾਰ ਚਾਹੁੰਦੀ ਕੀ ਆ ਤੂੰ? ਤੇਰਾ ਮੇਰਾ ਵਿਆਹ। ਦਿਮਾਗ ਵੀ ਫਲਸ਼ ਤਾਂ ਨਹੀਂ ਕਰਿਆ ਕਿਤੇ? ਕਿਉਂ, ਤੂੰ ਮੈਨੂੰ ਪਿਆਰ ਨਹੀਂ ਕਰਦਾ? ਆ ਪਿਆਰ ਪਿਓਰ ਨਾ ਚਾਦਰ ਤੇ ਲੱਗੇ ਦਾਗ ਵਰਗਾ ਹੁੰਦਾ। ਦਾਗ ਗਿਆ, ਪਿਆਰ ਗਿਆ। ਆਪਦੇ ਲਈ ਕੋਈ ਵਧੀਆ ਜਿਹਾ ਮੁੰਡਾ ਲੱਭ ਤੇ ਵਿਆਹ ਕਰਾ ਲਾ, ਠੀਕ ਆ? ਦੇਖਿਏ ਸਰ ਜੀ, ਹਾਫ ਸੈਂਚੁਰੀ ਮੇਂ 6 ਬਾਕੀ ਹੈ ਔਰ ਆਪਕੇ। ਹਾਂ ਡਾਰਲਿੰਗ। ਉਹ ਡਾਰਲਿੰਗ ਦਾ ਲੱਗਦਾ ਕੋਈ ਜ਼ਿੰਮੇਵਾਰੀ ਹੈਗੀ ਤੈਨੂੰ? ਉਹ ਜ਼ਿੰਮੇਵਾਰੀ ਵੀ ਭੁਗਤਾ ਕੇ ਆਇਆ। ਓਏ ਉਹਦੀ ਗੱਲ ਨਹੀਂ ਕਰ ਰਿਹਾ, ਨੰਬਰ ਦੇ ਘਰੇ ਜਾਇਆ। ਓ ਯਾਰ ਤੂੰ ਕਿਉਂ ਕਾਲਾ ਪੈਣਾ? ਉਧਰ ਹੀ ਚੱਲਿਆ ਮੈਂ, ਤੂੰ ਮੈਨੂੰ ਐਂ ਦੱਸ ਰਾਤ ਦਾ ਕੀ ਸੀਨ? ਘਰੇ ਤਾਂ ਔਖਾ, ਆਪਾਂ ਆਪਣੀ ਮਿਲ ਤੇ ਰੱਖ ਲੈਂਦੇ ਫਿਰ। ਆ ਜਾ, ਚੱਲ ਠੀਕ ਆ। ਓ ਜਿਮੀ, ਗੱਲ ਸੁਣਾ। ਹਾਂ, ਪਾਲੀ ਨੂੰ ਵੀ ਲਾਈ ਨਾਲ। ਪਾਲੀ? ਹਾਂ ਪਾਲੀ। ਪੱਕੀ ਗੱਲ ਆ? ਹੋਇਆ ਹੋ ਯਾਰ, ਮਿੱਟੀ ਪਈ ਹੈ ਪੁਰਾਣੀਆਂ ਗੱਲਾਂ ਤੇ। ਆ ਜਾ ਤੁਸੀਂ ਸ਼ਾਮੀ ਬਹਿਨੇ ਆ। ਚੱਲ ਠੀਕ ਆ, ਓਕੇ। ਓਏ ਦਾਰੂ ਸਿਗਰਟ ਤਾਂ ਅੱਜ ਕੱਲ੍ਹ ਜਨਾਨੀਆਂ ਦਾ ਕੰਮ ਆ, ਜੇ ਅਸਲੀ ਮਰਦ ਬਣਨਾ ਨਾ ਆ ਕਰੋ ਟਰਾਈ। ਪਾਲੀ ਬਾਈ, ਇਹ ਕੀ ਚੀਜ਼ ਆ? ਓਏ ਚੀਜ਼ ਕਾਨੂੰ ਆ ਭੋਲਿਓ, ਚੀਜ਼ੀ ਚੀਜ਼ੀ ਪਬੂਤੀ ਪਬੂਤੀ
अल्लाह दीन दी दरी ग्रेविटी जमा खत्म कर दी हवा ची उड़ता फिरदा बंदा भाई एदा कोई नुकसान था नहीं नुकसान तो ना अग ना पानी ना भुजिया ना खारा बस नजारा नजारा भाई ये लेनी के में है? मैं क्या लेनी के में है? हाँ उसे ले ना लो कटो 2000 रुपया भाई साढ़े कोलता 700 रुपया 700 नु साढ़े सिलेंडर पर आए हो जब जाओ चल यार टाइम वेट करी जंदे ने आ ले तेरे पैसे ओ हाँ भाई तुसी छोटे भरा हो ले फड़ा ले आओ बाहर लोगों जाके मार्केट रेट नहीं खराब करना मैं तुम दसा गल ठीक है भाई पता की है मेरे थोड़ा जा क्लाइंट गुस्सा कर जाए ठीक है ठीक है ठीक है भाई करो पाली दे सर त्याश लै कुलजीत लै विकी बन फिर देख लें मेरे सन कं तो स्लोगन वागू चेप दू ना आना बीमा बूमा जहाँ करा कहीं घट्टो घट मरदा मरदा घर देने काम तो आ जाएगा भोर ली बदमाशी चल पास हो चल बाद गल करदा जिमी यार मैनू ना जाता है ना अपना भोले डॉक्टर की दुकान से ला जी क्यों वो यार दे धमकिया सारा फिर तो फिर लग गया बदमाश लोग साढ़े सूती आए यार प्लेटा ध्यान ना गिणिया घट गया ना ढे जमे पाऊंगा रुक 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 किधर मुंह चक्या ਨਵਾਂ ਕਢਾਇਆ ਆਹੋ ਪੀ ਵੱਜਦੀ ਵਜਾ ਕੇ ਦੇਖ ਲਾ ਓ ਤੇਰੀ ਭੈਣੋ ਵੱਡੇ ਲਵਾਏ ਓਏ ਇੱਥੇ ਕਰਦਾ ਮੈਂ ਤੈਨੂੰ ਕਹਿੰਦਾ ਨਾ ਜਾ ਕੇ ਨਹੜੂਗਾ ਕਾ ਧਰਤੀ ਨੂੰ ਕਿਹੜਾ ਪਾਣੀ ਮੁੱਕ ਚਲਾ ਤੁਸੀਂ ਮੇਰੇ ਪਿੱਛੇ ਪਏ ਰਹਿੰਦੇ ਜੀ ਚਲ ਸੱਚੀ ਗੱਲ ਅੰਕਲ ਜਿਉਂਦਾ ਰਹਿ ਸ਼ੀਰਾ ਆ ਜਾ ਫਿਰ ਕੁੱਟ ਲਵਾਈਏ ਨਹੀਂ ਅੰਕਲ ਮੈਂ ਪੀਂਦਾ ਨਹੀਂ ਪੀਂਦਾ ਨਹੀਂ ਮੂੰਹ ਤੇਰਾ ਰਮ ਦੀ ਬੋਤਲ ਅੜਗਾ ਕੋਲੂ ਐਂ ਬੋਲੀਦਾ ਹੁੰਦਾ ਤੇ ਤੋਂ ਵੱਡਾ ਹੋ चल माफ मांगा ओए आना पुत आना बतली हां भी छोटे वीर माफी के में चाहिए थी हाथ जोड़ के जान लिख के ओ प्रावा तू मेनू माफ कर मेरी निगाह तेरे ते करियो वजा वड्डे लवायो आ जा हुन चल तेरी चंगा फिर मैं चल ਲਓ ਪਰਜਾਈ ਆ ਗਿਆ ਤੁਹਾਡਾ ਲਹਿੰਗਾ ਹੋਰ ਜਿੰਮੀ ਕਿਵੇਂ ਆ ਬਸ ਵਧੀਆ ਤੁਸੀਂ ਦੱਸੋ ਬਸ ਵਧੀਆ ਹਾਏ ਅੰਬਰ ਤੇਰਾ ਦਿਉਰ ਤਾਂ ਸੋਹਣਾ ਹੀ ਬਹੁਤ ਆ ਮੇਰਾ ਵਿਆਹ ਹੀ ਕਰਾ ਦੇ ਇਹਦੇ ਨਾਲ ਕਿਉਂ ਜਿੰਮੀ ਕਰਾਉਣਾ ਵਿਆਹ ਬਸ ਜੀ ਵਿਆਹ ਵੀ ਬਾਰੇ ਤਾਂ ਹਜੇ ਕਿੱਥੇ ਸੋਚਿਆ ਸੋਚ ਲਾ ਮੇਰੀ ਭੂਆ ਦੀ ਕੁੜੀ ਆ ਆਇਲਸ 7 ਬੈਂਡ ਆਇਆ ਵਿਆਹ ਕਰਾ ਕੇ ਕੈਨੇਡਾ ਸੈੱਟ ਹੋ ਜਾਏਗਾ ਬਸ ਜੀ ਚੱਲ ਰਹਿਣ ਦੇ ਅੰਬਰ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਹੋਰ ਪਸੰਦ ਹੈ ਨਹੀਂ ਨਹੀਂ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਬਸ ਦੱਸ ਦੇ ਕੌਣ ਆ ਓ ਮੈਂ ਚੱਲਦਾ ਜੀ ਬਸ ਤੁਸੀਂ ਬੈਠੋ ਚੰਗਾ ਜੀ ਮਿਲਦੇ ਹਾਂ ਹੈਲੋ ਹਾਂ ਜਿੰਮੀ ਕੀ ਹਾਲ ਹੈ ਹਾਲ ਨੂੰ ਮਾਰ ਗੋਲੀ ਤੂੰ ਦੱਸ ਫੋਨ ਕਿਉਂ ਕੱਟਿਆ ਮੇਰਾ ਮੈਂ ਤਾਂ ਮਾੜਾ ਜਿਹਾ ਕਲੈਂਟਾਂ ਨਾਲ ਬਿਜੀ ਸੀ ਯਾਰ ਛੱਡ ਦੇ ਭਰਾਵਾ ਛੱਡ ਦੇ ਇਹੋ ਜਿਹੇ ਕੰਮ ਕੁਛ ਨਹੀਂ ਰੱਖਿਆ ਇਹਨਾਂ 'ਚ ਉਹ ਮੈਂ ਵੀ ਯਾਰ ਕਲੈਂਟਾਂ ਨੂੰ ਸਮਝਾਉਣਾ ਸੀ ਗੱਲ ਪਰ ਮੰਨਦੇ ਕਿੱਥੇ ਕਹਿਣਗੇ ਦਾਰੂ ਸਿਗਰਟ ਤਾਂ ਜਨਾਨੀਆਂ ਦਾ ਕੰਮ ਹੈ ਅੱਗੇ ਕਹਿੰਦੇ ਮਰਦ ਬਣਨਾ ਨਾ ਆਹ ਟਰਾਈ ਕਰੋ ਅੱਲਾ ਦੀਨ ਦੀ ਦਰੀਏ ਦੱਸਣਗੇ ਕੰਜਰ ਦੇ ਉਹ ਚੱਲ ਚੰਗਾ ਚੰਗਾ ਤੂੰ ਮੈਨੂੰ ਐਂ ਦੱਸ ਸ਼ਾਮੀ ਪੀਣੀ ਹੈ ਫ੍ਰੀ 'ਚ ਅੱਗੇ ਕਦੇ ਪਹਿਲਾਂ ਕਿ ਪੀਤੀ ਆ ਚੱਲ ਬੈਠਣਾ ਕਿੱਥੇ ਹੈ ਆਪਾਂ ਮੱਖਣ ਦੀ ਮਿਲ ਤੇ ਬਹਿ ਜਾਾਂਗੇ ਯਾਰ ਜਿੰਮੀ ਤੈਨੂੰ ਸਭ ਪਤਾ ਹੈ ਫੇਰ ਵੀ ਉਹ ਪੀਣੀ ਹੋ ਐ ਹੋਰ ਵਜਨ ਹੈ ਕਿਤੇ ਉਹ ਉਹਦਾ ਹੀ ਫੋਨ ਆਇਆ ਸੀ ਉਹਨੇ ਕਿਹਾ ਪਾਲੀ ਨੂੰ ਜ਼ਰੂਰ ਲੈ ਕੇ ਆਈ ਮੱਖਣ ਨਹੀਂ ਆਹੋ ਯਾਰ ਨਹੀਂ ਨਹੀਂ ਮੈਂ ਨਹੀਂ ਜਾਣਾ ਯਾਰ ਪੱਕਾ ਨਹੀਂ ਜਾਣਾ ਨਾ ਮੈਂ ਨਹੀਂ ਜਾਣਾ
ਆਖਰੀ ਵਾਰੀ ਪੁੱਛ ਰਿਹਾ ਮੈਂ। ਨਹੀਂ ਜਾਣਾ ਯਾਰ। ਚੱਲ ਫਿਰ ਰੈਡੀ ਰਹੀ, ਸ਼ਾਮੀ ਮੈਂ ਪਿਕ ਕਰਨ ਆ ਗਿਆ। ਅਲਾਦੀਨ ਦੀ ਦਰੀ ਹੈਗੀ ਆ। ਡੈਡੀ ਤੁਸੀਂ ਕੀ ਖੰਭ ਜਿਹਾ ਖਿਲਾਰੀ ਖੜੇ ਹੋ? ਗਾਂ ਫਿਰ ਜਾਣ ਤੂੰ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ। ਗਾਂ ਨੂੰ ਮੈਕਸੀਕੋ ਟੱਪਣਾ ਵਾ, ਪਰ ਹਟੋ। ਕਾਲੇ ਕੁੱਤੇ ਨੂੰ ਰੋਟੀ ਪਾਈ ਸੀ? ਨਾ। ਗਊ ਨੂੰ ਪੇੜਾ? ਨਾ। ਉਹ ਕੀੜੀਆਂ ਨੂੰ ਆਟਾ ਤਾਂ ਪਾਇਆ ਸੀ? ਨਾ। ਮੰਦਰ ਮੱਥਾ ਟੇਕਣ ਤਾਂ ਗਿਆ ਹੋਣਾ। ਤੇਰੀ ਇਸ ਚੁੱਪ ਦਾ ਮਤਲਬ ਮੈਂ ਨਾ ਸਮਝਾਂ? ਹਾਂ। ਓਏ ਸ਼ਨੀ ਦੀ ਸਾੜ ਸਤੀ ਚੱਲ ਰਹੀ ਹੈ ਤੇਰੇ ਤੇ, ਦਾਨ ਪੁੰਨ ਕਰਿਆ ਕਰ, ਮਾੜਾ ਟਾਈਮ ਟਲ ਜਾਂਦਾ ਹੁੰਦਾ। ਡੈਡੀ ਦਾਨ ਪੁੰਨ ਨਾਲ ਨਾ ਕੋਈ ਫਰਕ ਨਹੀਂ ਪੈਣ ਲੱਗਿਆ, ਆਪਦੀਆਂ ਕੀਤੀਆਂ ਤਾਂ ਭੁਗਤਣੀਆਂ ਪੈਣੀਆਂ। ਹੈਂ, ਬੜੀ ਵਧੀਆ ਲੈਣ ਹੈ। ਕਿੱਥੋਂ ਸਿੱਖੀ ਬਈ? ਤੁਸੀਂ ਕੀ ਕਰਨਾ? ਤੂੰ ਨਾ ਮੈਨੂੰ ਲਿਖ ਕੇ ਭੇਜ, ਮੈਂ ਨਾ ਵਟਸਐਪ ਤੇ ਸਟੇਟਸ ਪਾਉਣਾ ਯਾਰ। ਪਾਸੇ ਹਟੋ ਰੇ। ਉਹ ਭੇਜ ਦੇ ਯਾਰ। ਕੀ ਸੀ? ਉਹ ਤਾਂ ਰੋਟੀ ਖਾ ਲਾ, ਭੁੱਖ ਲੱਗੀ ਹੋ। ਕੀ ਬਣਾਇਆ? ਕੱਦੂ। ਅੱਜ ਫੇਰ ਕੱਦੂ? ਸਾਲਾ ਮਹੀਨਾ ਹੋ ਗਿਆ ਕੱਦੂ ਖਾਂਦੇ ਨੂੰ। ਹਲੇ ਤਾਂ ਇੱਕ ਮਹੀਨਾ ਹੋਰ ਚੱਲੂ। ਆਹੋ, ਜਦੋਂ ਕੱਦੂ ਨਾ ਕਰ ਗਿਆ ਉਦੋਂ ਫਿਰ ਇਹਦਾ ਸਾਗ ਸ਼ੁਰੂ ਹੋ ਜੂ। ਖਵਾ ਖਵਾ ਕੇ ਹਰੇ ਬਾਈ ਮਾਵਾਂ ਧੀਆਂ ਨੇ ਹਰੀ ਕ੍ਰਾਂਤੀ ਮੁੱਧੀ ਮਰੀ ਪਈ ਹੈ। ਆਹ ਵੀ ਸੜੀ ਹਰੀ। ਆਹ ਮਾਂ ਕੀ ਕਹਿੰਦੀ ਹੈ ਜਿਹਨੂੰ ਠੇਡਾ ਮਾਰਿਆ? ਤੂੰ ਤਾਂ ਕਹਿੰਦੀ ਹੈ ਖਿੱਚੋ ਫੋਟਵਾਂ। ਤੂੰ ਘੋੜਾ ਨਾ ਖਿੱਚਦੀ, ਐਵੇਂ ਪਾਰਟੀ ਦਾ ਕਿੰਦਾ ਕਰਾਏਗਾ। ਲੈ ਫਿਰ ਚੈੱਕ ਕਰ। ਉਹ ਮੈਨੂੰ ਬੁਲਾਰੀ ਕਰਤਾ, ਪਿਸਟਲ ਤੇ ਫੋਕਸ ਕਰੀ ਜਾਂਦਾ। ਚੱਲ ਦੁਬਾਰਾ ਖਿੱਚ। ਅੱਛਾ, ਤੇਰੀ ਖਿੱਚਣੀ ਸੀ? ਹੋਰ ਕਿਹਦੀ? ਲੈ ਫਿਰ ਦੁਬਾਰਾ ਖਿੱਚ ਦਿੰਦੇ ਆ। ਖੜ ਜਾ, ਰੀਲ ਹੀ ਬਣਾ ਲੈਂਦੇ ਆ। ਲੈ ਫਿਰ ਐਕਸ਼ਨ। ਉਹ ਮਾਮਾ ਚਲਾਈ, ਤੂੰ ਪਿਸਟਲ ਜਾਂਦਾ, ਆਵਾਜ਼ਾਂ ਤੂੰ ਬੰਬ ਵਾਲੀਆਂ ਕੱਢ ਰਿਹਾ। ਕੱਢ ਲੈਂਦੇ ਹੁਣ। ਆਪਣੇ ਜਿੰਮ ਹੁਣੀ ਆ ਰਹੇ ਨੇ, ਪੁੱਤ ਸਮਾਨ ਸਮੂਨ ਦਾ ਬੰਦੋਬਸਤ ਕਰਦੇ ਮਾੜਾ ਜਿਹਾ। ਠੀਕ ਹੈ, ਠੀਕ। ਚੱਲ ਜਾ। ਬੀਬੀ ਚਾਹ ਬਣਾਵਾ ਤੇਰੇ ਲਈ? ਆਹੋ ਬਣਾ ਦੇ ਪੁੱਤ। ਹੈਲੋ। ਹਾਂਜੀ ਦੀਦੀ। ਸਿੰਮੀ, ਇੱਕ ਰਾਤ ਦੀ ਬ੍ਰਾਈਡਲ ਹੈ, ਤੈਨੂੰ ਆਉਣਾ ਪਊ। ਹਾਂਜੀ, ਮੈਂ ਆਜੂੰਗੀ 9 ਵਜੇ। ਠੀਕ ਹੈ। ਬੇ, ਇੱਥੇ ਖੜੇ ਮੁੱਛਾਂ ਨੂੰ ਰੇਸਾਂ ਦੇਈ ਜਾਂਦੇ ਹੈ, ਸਿੱਖ ਲੈ ਕੁਛ ਆਪਦੀ ਭੈਣ ਤੋਂ। ਜਵਾਕੜੀ ਕਿੰਨੇ ਕੰਮ ਧੰਦੇ ਕਰਦੀ ਹੈ। ਓ ਬੇਬੇ, ਮੈਨੂੰ ਬਿਊਟੀ ਪਾਰਲਰ ਦਾ ਕੰਮ ਸਿੱਖਣ ਦੀ ਕੀ ਲੋੜ ਹੈ? ਮੇਰੇ ਹੱਥਾਂ ਪਹਿਲੀ ਐਂ ਚੱਲਦੇ ਨੇ, ਰੁੱਟਾ ਮੀਟਰ ਵਾਂਗੂ ਐਂ ਕਰਕੇ ਦਿਖਾਵਾਂ ਉੱਪਰ ਲਿਪਸਾ। ਖੌਂਸੜੇ ਨਾ ਖਾਲੀ ਮੈਥੋਂ, ਕਿਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ। ਖੌਂਸੜੇ ਖਾਣੇ ਮਨਜ਼ੂਰ? ਅੱਕਾ ਤੂੰ ਜਾਣੀ ਹੁੰਦਾ ਤੇਰਾ, ਮੈਂ ਮਰਜੀ ਇਹੋ ਜਿਹਾ ਖੈੜਾ ਛੁੱਟੇ ਤੋਂ। ਜਿਮੀ, ਮੈਂ ਕਹਿੰਦਾ ਮੈਂ ਰਹਿਣ ਦਿੰਦਾ ਯਾਰ, ਮੈਂ ਕੀ ਕਰੂੰ ਯਾਰ? ਜਾ ਯਾਰ, ਫੇਰ ਉਹੀ ਗੱਲਾਂ ਤੇਰੀਆਂ ਯਾਰ। ਤੈਨੂੰ ਮੱਖਣ ਦਾ ਪਤਾ ਤਾਂ ਹੈ ਯਾਰ। ਕੀ ਮੱਖਣ ਮੱਖਣ, ਅਗਲਾ ਹੁਣ ਤੈਨੂੰ ਸਟਾਮ ਤੇ ਲਿਖ ਕੇ ਦੇ ਦੇ ਕਿ ਮਾਫ ਕਰਤਾ। ਨਾਲੇ ਤੇਰੀ ਕਿਹੜਾ ਕੋਈ ਗਲਤੀ ਸੀਗੀ? ਉੱਠ ਯਾਰ ਨਿੱਕੇ। ਯਾਰ ਕਿਹਾ ਸੀ ਨਾ ਤੁਹਾਨੂੰ ਮੈਂ, ਨਿੱਕੇ ਉੱਠ ਬਈ। ਬਸ ਵਧੀਆ ਵਧੀਆ। ਕਿਵੇਂ ਪਾਲੀ? ਵਧੀਆ ਬਈ। ਓਏ ਆ ਜਾ, ਹੈਂ ਹੋਰ ਫਿਰ? ਬਸ ਵਧੀਆ, ਚਲੋ। ਲੋ ਗਾਇਜ਼, ਕਰੋ ਇੰਜੋਏ। ਆ ਲਿਆਓ ਇੱਧਰ, ਮੈਂ ਬਣਾਉਣਾ ਪੈਗ।
ਭੈਣਾ ਇੰਚੀ ਟੇਬੇ ਲਵਾ ਰੱਖਿਆ ਹੱਥਾਂ 'ਚ ਜਮਾਂ ਮਿਣ ਮਿਣ ਕੇ ਪੈਗ ਪਾਉਣਾ ਜਿਵੇਂ ਹੈਂ ਸਾਲਿਆ ਪੈਗ ਪੀਤਾ ਕਿ ਗੂੰਦ ਕਤੀਰਾ ਪਤੰਦਰਾ ਪਾਣੀ ਪੂਣੀ ਤਾਂ ਪਾ ਲੈਂਦਾ ਸਵੇਰ ਦਾ ਪਾਣੀ ਪੀ ਪੀ ਕੇ ਤਾਂ ਸਟੋਰ ਕੀਤਾ ਹੋਇਆ ਟੋਰ ਨੂੰ ਗਾ ਬੋਤੇ ਵਾਲਾ ਹੰਪ ਲਵਾਇਆ ਲੈ ਵੀ ਆਪਾਂ ਤਾਂ ਲੱਗਿਆ ਵੀਰੇ ਚੇਅਰਸ ਕਰਨਾ ਉਹ ਖੜ ਜਾਓ ਓਏ ਐਂ ਕਿਵੇਂ ਕਰ ਲਈਏ ਚੇਅਰਸ ਪਹਿਲਾਂ ਖੜੇ ਹੋਵੋ ਲਓ ਜੀ ਅੱਜ ਦਾ ਜਾਮ ਆਪਣੀ ਯਾਰੀ ਦਾ ਜਾਮ ਮੱਖਣ ਕਿੰਨਾ ਕੁ ਪਾਵਾਂ ਆਹ ਕਿਹੜਾ ਨੰਬਰ ਆ ਓਏ ਐਮਰਜੈਂਸੀ ਜਿਹੜਾ ਐਮਰਜੈਂਸੀ ਵੇਲੇ ਕੰਮ ਆ ਜੀ ਐਮਰਜੈਂਸੀ ਕੋਟਾ ਕੀ ਮਤਲਬ ਤੇਰਾ ਲੈ ਕੰਨਾਂ ਨਾਲ ਕਰਾ ਦਾ ਦਰਸ਼ਨ ਹੈਲੋ ਜਾਨ ਕਿਵੇਂ ਹੋ ਮੈਂ ਠੀਕ ਆ ਖੰਡ ਮਿੱਠੀਏ ਤੂੰ ਦੱਸ ਕੀ ਕਰਦਾ ਕਰਦੀ ਸੀ ਅੱਲਾ ਦੀ ਕਸਮ ਸੁੱਤੀ ਉੱਠੀ ਆ ਵਾਲ ਖਿਲ ਰਹੇ ਨੇ ਰਾਤੀ ਰਾਤ ਚ ਦਾਰੂ ਪੀਤੀ ਸੀ ਬਸ ਹੁਣੇ ਹੁਣੇ ਨਹਾ ਧੋ ਕੇ ਫਰੈਸ਼ ਹੋਈ ਆ ਤੁਸੀਂ ਤਾਂ ਕਦੀ ਯਾਦ ਹੀ ਨਹੀਂ ਕਰਦੇ ਮਾੜਾ ਜਾਣਾ ਬਿਜ਼ਨਸ ਸ਼ੁਰੂ ਕਰ ਲੈ ਨਵਾਂ ਕਲਾਇੰਟਾਂ ਕਲੂੰਟਾਂ ਨਾਲ ਬੜਾ ਬਿਜ਼ੀ ਰਹਿਣਾ ਝੂਠੀ ਬੋਲੀ ਜਾਂਦੇ ਹੋ ਲੱਭ ਗਈ ਹੋਣੀ ਮੇਰੀ ਕੋਈ ਸੌਕਣ ਨਹੀਂ ਤੇਰੀ ਜਗ੍ਹਾ ਕੋਈ ਲੈ ਸਕਦਾ ਖੰਡ ਮਿੱਠੀਏ ਹਾਏ ਜਾਨ ਸੱਚੀ ਹਾਏ ਮੁੱਚੀ ਹਾਏ ਮੈਂ ਮਰ ਗਿਆ ਅੱਛਾ ਮੈਂ ਨਾ ਬਾਅਦ ਚ ਕਰਦਾ ਕਾਲ ਮੈਂ ਮਾੜਾ ਜਿਹਾ ਕਲੈਂਟਰ ਨਾਲ ਬੈਠਾ ਸੀ ਠੀਕ ਹੈ ਓਕੇ ਸਾਲਾ ਲੱਚਾ ਪੂਰਾ ਹੈ ਵਰਦੀ ਕਾਲ ਉਹ ਕਿਤੇ ਦੱਸ ਤਾਂ ਨਹੀਂ ਆਏ ਵੀ ਅੱਜ ਇਕੱਠੇ ਹੋਣਾ ਆਪਾਂ ਨੇ ਨਹੀਂ ਨਹੀਂ ਮੈਂ ਤਾਂ ਨਹੀਂ ਦੱਸਿਆ ਚੱਕ ਲੈ ਫਿਰ ਤਾਂ ਬਸ ਐਂ ਨਾ ਦੱਸ ਦੀ ਮੈਂ ਤੇਰੇ ਨਾਲ ਅੱਜ ਕਿਉਂ ਛੱਡ ਫਿਰ ਯਾਰ ਆਪਾਂ ਨੂੰ ਕੀ ਲੋੜ ਆ ਉਹਨੂੰ ਲੋੜ ਹੋਈ ਤੈਨੂੰ ਕਾਲ ਕਰ ਲੂਗੀ ਆਪੇ ਇਹੀ ਹੈ ਬਰੋ ਚੱਕ ਲੈ ਕਈ ਵਾਰ ਦਿਓਰਾਂ ਤੱਕ ਵੀ ਕੰਮ ਹੁੰਦਾ ਗਾ ਆਹੋ ਉਹ ਤੂੰ ਗੱਲ ਤਾਂ ਕਰ ਯਾਰ ਭਰਜਾਈ ਮੈਂ ਜਿੰਮੀ ਬੋਲ ਰਿਹਾ ਉਹ ਤੁਸੀਂ 422 ਦੀ ਥਾਂ ਤੇ 423 ਲਾ ਲਿਆ
की मिलता तेनू आ सब कुछ करके तेरा प्यार ते मर जाती फिर मर तो मैं फिर भी जाना जे अपना ब्याह ना होया एक्सक्यूज अंबर तू आ दवाइयां ले आओ जाके जिम्मी थोड़ा टाइम होर बैठ जा मैं आया 5 मिनट च तू रेस्ट कर ओ देख लेने फिर ओ फिर मैं कड़ा डरदा तू आ जा एड्रेस लिख के भेज देना बाद च गल करना तेरे नाल ओए ओए की ड्रामे फड़े नेने यार साला 30 दिन गोलियां खा लेंदी है गोलियां ना होइयां चांद सितारे हो गए हुण करना की दा तू टेंशन ना ले मैं देखदा तू एक कम कर अंबर दियां दवाइयां फड़ लै पैसे ओ चल तू तो पहली बहुत टेंशन च हां ओए शनि दी साड़ सती चल रही है तेरे ते ओ काले कुत्ते नु कुछ खाण नु दिया कर समझ गया हां ਆਉਂਦੇ ਹੋਏ ਇੱਕ ਪਾਰਲੇ ਦੀ ਵੀ ਫੜ ਲਿਆ ਮੇਰੇ ਵਾਸਤੇ ਤੂੰ ਵੀ ਖਾ ਲਈ ਚੱਲ ਚੰਗਾ ਮਾਮਾ ਅਸੀਂ ਚੱਲਦੇ ਹਾਂ ਫਿਰ ਹੁਣ ਤੁਸੀਂ ਕਿੱਧਰ ਨੂੰ ਮੂੰਹ ਚੱਕ ਲਿਆ ਪਾਰਟੀ ਤਾਂ ਹੁਣ ਮਗਣ ਲੱਗੀ ਆ ਉਹ ਕੁਛ ਨਹੀਂ ਯਾਰ ਜਗਦੇਵ ਕਦੋਂ ਦਾ ਕਹੀ ਜਾਂਦਾ ਸੀ ਵੀ ਦੇਸੀ ਪ੍ਰੋਗਰਾਮ ਲਾਉਣਾ ਦੇਸੀ ਪ੍ਰੋਗਰਾਮ ਲਾਉਣਾ ਉਹਦਾ ਪ੍ਰਬੰਧ ਕੀਤਾ ਬਸ ਉਧਰ ਨੂੰ ਚੱਲੇ ਨੇ ਅੱਛਾ ਕਲਾਕਾਰ ਕਿਹੜਾ ਕਰ ਲਿਆ ਉਹ ਕਲਾਕਾਰ ਵੀ ਆਪਣੇ ਇਲਾਕੇ ਦੇ ਹੀ ਆ ਉਹ ਹੱਦ ਹੈ ਜਿੰਮੀ ਆਪਣੇ ਇਲਾਕੇ 'ਚ ਐਡਾ ਕਲਾਕਾਰ ਬੈਠਾ ਅਤੇ ਮੇਨ ਦਰਸ਼ਕਾਂ ਨੂੰ ਪਤਾ ਹੀ ਨਹੀਂ ਦੀਪੇ ਚੱਲ ਚੱਲੀਏ ਚੱਲ ਉਹ ਗੱਲ ਸੁਣ ਆਪਣਾ ਵਿਕਰ ਨੂੰ ਕਹਿ ਦੇ ਵੀ ਚਵਾਰੇ ਵਾਲਾ ਗੇਟ ਖੁੱਲ੍ਹਾ ਰੱਖੂ ਠੀਕ ਹੈ ਉਹ ਮੇਰੇ ਕੋਲ ਤਾਂ ਨੰਬਰ ਹੀ ਹੈ ਨਹੀਂ ਵਿਕਰ ਦਾ ਉਹ ਯਾਰ ਤੈਨੂੰ ਦਿੱਤਾ ਤਾ ਤੂੰ ਸੇਵ ਨਹੀਂ ਕਰਿਆ ਮੈਂ ਸੇਵ ਕਰਨਾ ਭੁੱਲ ਗਿਆ ਤੂੰ ਚੱਲ ਮੈਂ ਵਟਸਐਪ ਕਰ ਦਿੰਦਾ ਚੱਲ ਠੀਕ ਹੈ ਫਿਰ ਚੱਲ ਜਾਏਗਾ ਲੈ ਹੁੱਕਾ ਦੇ ਉਹ ਗੱਲ ਸੁਣ ਸੇਵ ਕਰ ਲਈ ਨਾਲੇ ਹੁਣ ਠੀਕ ਹੈ ਮਾਮਾ ਆਹ ਐਵੇਂ ਕਿਤੇ ਫਿਰ ਉਹ ਭਰਜਾਈ ਮੈਂ ਜਿੰਮੀ ਬੋਲ ਰਿਹਾ ਪਰ ਤੁਸੀਂ 422 ਦੀ ਥਾਂ ਤੇ 423 ਲਾ ਲਿਆ ਮੈਂ ਆਉਣਾ ਯਾਰ ਇੱਕ ਮਿੰਟ ਹੁਣ ਤੂੰ ਕਿੱਧਰ ਚੱਲਿਆ ਆਉਣਾ ਯਾਰ ਇੱਕ ਮਿੰਟ ਕਹਿੰਦੇ ਵੇਟ ਕਰੋ ਵੇਟ ਕਰੋ ਭੂਆ ਜੀ ਫੁੱਫੜ ਨਾਲ ਗੱਲ ਕਰਿਓ ਹਾਂਜੀ ਕਿਵੇਂ ਦਿਲ ਨਹੀਂ ਲੱਗ ਰਿਹਾ ਤੇਰੇ ਕੋਲ ਮੇਰਾ ਨੰਬਰ ਸੇਵ ਆ ਨਾ ਹਾਂ ਜਿੰਮੀ ਦਾ ਵੀ ਸੇਵ ਹੋਣਾ ਫਿਰ ਆਫ ਕੋਰਸ ਸੇਵ ਆ ਫਿਰ ਡਾਇਲ ਕਰਨ ਦੀ ਕੀ ਲੋੜ ਪੈ ਗਈ ਸੀ ਮੱਖਣ ਪੜ ਕੇ ਨੰਬਰ ਡਾਇਲ ਕਰਕੇ ਫੋਨ ਮੇਰੇ ਕੰਨ ਨੂੰ ਲਾਤਾ ਅੱਗੇ ਦੀ ਸਾਰੀ ਗੱਲ ਤੁਹਾਨੂੰ ਪਤਾ ਹੀ ਆ ਤੁਸੀਂ ਮੇਰੇ ਤੇ ਸ਼ੱਕ ਕੀਤਾ ਸਾਰੀ ਗਲਤੀ ਵੀ ਮੇਰੀ ਆ ਮੱਖਣਾ ਮਰ ਗਿਆ ਹੋਏ ਸਾਲਿਆ ਕਰ ਲਾ ਹੋਰ ਜਸੂਸੀਆਂ ਚੱਲ ਮੱਖਣਾ ਰੁੱਸ ਗਈ ਯਾਰ ਮਨਾਉਣੀ ਪੈਣੀ ਆ ਯਾਰ ਤੈਨੂੰ
जनाब गुस्सा करके लाभ एक मिनट मेरी गल सुन ला पर प्लीज सॉरी यार ये मेरी पहली ते आखिरी गलती है दोबारे नहीं करता बस प्लीज कदे शक ना करियो मेरे ते ठीक है ये है केड़ी है यार दो पैगां जे गुम जे करते ओ फ्री वाली गुम करदी हुंदी है तैनूं तां पता ही है ना उहदा मखण पहला जे पाऊंगा की गल पाओ यार पैग मोटा मोटा जा सुन जी बैठे हो पा मोटा जा लो महाराज लै पा दे पी ले मामा की दो दो मिनट बाद लाई जाना डू नॉट मामा सामा कॉल मी जैग जैग दा स्वैग मिलो जैग दा स्वैग जैग दा स्वैग मामा मैं सुनया कनेडा च गड्डियां खब्बे पासे चलदियां एब्सोल्युटली राइट पक्की गल आ फिर इंडिया च क्यों नहीं चलदियां क्योंकि खब्बे पासे ते केले वालियां रेड़ियां ने जगह रोकी हुंदी आ एक मिनट कर मामा बंदा आ गया वाह क्या आ गया वो आ गया आ गया आ गया कम कम हरी बह जा कम कम वो आ गया ओए बोलो भैया जी की कम है जी हम पोछा लगा लेती हैंगी झाड़ू मार लेती हैंगी कपड़ा धो लेती हैंगी बूट पॉलिश कर लेती हैंगी और तो और खाना खाना तो भैया जी हम इतना बढ़िया बनाते हैंगी कि आप लोगन खाकर पूरा एक हफ्ता में हमार जैसा बॉडी बना लेंगे इस रूपण कौन है यार हम हरी साले तेनू किन्ने क्या गड्डी च बैठे नु चल उपर थले अरे भाई यही तो बुला रहे थे हरी कम हरी कम हरी साले जॉर्डन दा सूझ मारू उतर थले चल ओ तुर जा इसे गेट आउट जाते हैं कभी बुलाते हैं कभी भगाते हैं चल साला आइडिया किसे थांदा साला मूड खराब करता ਉਹ ਫੁੱਕ ਬਰੋ ਇਨਸਲਟ ਕਰਾਉਣ ਨੂੰ ਇੱਥੇ ਲੈਂਦਾ ਯਾਰ ਛੱਡਿਆ ਚੱਲੀਏ ਇੱਕ ਹੋਰ ਬੇਇੱਜ਼ਤੀ ਕਰਾਉਣੀ ਹੈ ਹੁਣ ਡੈਡੀ 5 ਮਿੰਟ ਪਲੀਜ਼ ਪਿਛਲੇ ਡੇਢ ਘੰਟੇ ਤੋਂ ਮੈਂ ਇੱਕੋ ਗੱਲ ਸੁਣਦਾ ਆ ਰਿਹਾ 5 ਮਿੰਟ ਪਲੀਜ਼ ਅੰਬਰ ਉਸ ਮੁੰਡੇ ਦਾ ਖੜਾ ਛੱਡ ਦੇ ਜਿਹੜਾ ਵੀ ਰਿਸ਼ਤਾ ਹੁਣ ਪਹਿਲਾਂ ਆ ਗਿਆ ਨਾ ਚੁੱਪ ਕਰਕੇ ਵਿਆਹ ਕੇ ਮੈਂ ਉਹਦੇ ਨਾਲ ਤੋੜ ਦੇਣੀ ਆ ਸਮਝੀ ਆ ਚੱਲ ਡੈਡੀ ਜਿੰਮੀ ਜਿੰਮੀ ਚੱਕ ਲਾ ਪਲੀਜ਼ ਇਹਨੂੰ ਰੱਖ ਦੇ ਅੰਬਰ ਪਾਸੇ ਪਲੀਜ਼ ਇਹ ਸੱਚੀ ਵੱਜ ਜਾਣੀ ਫੋਨ ਕਿਉਂ ਨਹੀਂ ਚੱਕਿਆ ਪਲੀਜ਼ 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 ਸੱਚੀ ਕਾਲ ਕਿਉਂ ਨਹੀਂ ਚੱਕੀ ਵੱਜ ਜਾਣੀ ਹੈ ਮੇਰੇ ਮੈਨੂੰ ਪਤਾ ਸੀ ਨਾ ਮੈਂ ਡੈਡ ਨੂੰ ਕਿੰਨਾ ਔਖਾ ਮਨਾਇਆ ਤੈਨੂੰ ਮਿਲਣ ਲਈ ਯਾਰ ਮੈਂ ਡਰ ਗਿਆ ਸੀ ਤੇ ਤੂੰ ਯਾਰ ਮੈਨੂੰ ਲੱਗਿਆ ਸੀ ਤੇਰਾ ਡੈਡੀ ਮੈਨੂੰ ਮਾਰ ਮੋੜਨਾ ਦਵੇ ਮੇਰੇ ਹੁੰਦੇ ਤੈਨੂੰ ਕੋਈ ਹੱਥ ਲਾ ਸਕਦਾ ਹਾਂ ਦਿਖ ਹੀ ਰਿਹਾ ਉਹ ਤਾਂ ਸਾਲਿਆ ਖੜਾ ਚੱਕੀ ਜਾਂਦਾ ਫੜ ਲੈ ਇਹ ਦੇ ਲਿਆ ਤੈਨੂੰ ਤੇ ਦੇ ਜਵਾ ਮੈਨੂੰ ਜੇ ਇੰਨਾ ਦਰਦ ਦੇਖ ਨਹੀਂ ਹੁੰਦਾ ਫਿਰ ਦਿੰਨੀ ਕਿਉਂ ਆ ਜਿੰਨਾ ਦਰਦ ਤੂੰ ਦਿੰਦਾ ਨਾ ਉਹਦੇ ਸਾਹਮਣੇ ਤੇ ਕੁਝ ਵੀ ਨਹੀਂ ਆ ਅੰਬਰ ਮੈਨੂੰ ਸੌ ਲੱਗੇ ਆਪਣੇ ਵਿਆਹ ਦੀ ਮੈਂ ਪੂਰੀ ਟਰਾਈ ਕਰ ਰਿਹਾ ਇਹੀ ਸੁਣ ਰਹੀ ਹਾਂ ਮੈਂ 2 ਸਾਲ ਤੋਂ ਮੈਨੂੰ ਤਾਂ ਇੱਦਾਂ ਲੱਗਦਾ ਤੂੰ ਮੇਰੇ ਨਾਲ ਵਿਆਹ ਕਰਾਉਣਾ ਹੀ ਨਹੀਂ ਤੈਨੂੰ ਮੇਰੇ ਪਿਆਰ ਤੇ ਸ਼ੱਕ ਆ ਨਾ ਤੂੰ ਮੇਰੇ ਘਰਦਿਆਂ ਨੂੰ ਮਿਲਦਾ ਤੇ ਨਾ ਆਪਣੀ ਫੋਟੋ ਦਿਖਾਉਣ ਦਿੰਦਾ ਸ਼ੱਕ ਨਾ ਕਰਾਂ ਤਾਂ ਹੋਰ ਕੀ ਕਰਾਂ ਸ਼ੱਕ ਵੀ ਤੇ ਪਿਆਰ ਵੀ ਸੱਜਣਾ ਇਹ ਕੋਈ ਗਲਤ ਨਹੀਂ ਨਾ ਜਿੰਮੀ ਕਦੇ ਤਾਂ ਸੀਰੀਅਸ ਹੋ ਜਾਇਆ ਕਰ ਯਾਰ ਸੀਰੀਅਸ ਨਾ ਹੁਣ ਮੈਂ ਪੀਜੀਆਈ ਭਰਤੀ ਹੋ ਜਾ ਉਹ ਤਾਂ ਮੈਂ ਤੈਨੂੰ ਕਰਵਾ ਹੀ ਦੇਣਾ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਵਾਇਆ ਉਹ ਚੰਗਾ ਮੇਰੀ ਮਾਂ ਕਰਵਾ ਲੂੰਗਾ ਪਰ ਪਹਿਲਾਂ ਆਇਲਸ ਦੀ ਤਿਆਰੀ ਕਰ ਲਾ ਆਇਲਸ ਦਾ ਵਿਆਹ ਨਾ ਕੀ ਲੈਣਾ ਦੇਣਾ ਤੂੰ ਬਸ ਸਬਰ ਰੱਖ ਉਹਦੇ ਬਾਰੇ ਸੋਚਿਆ ਹੋਇਆ ਮੈਂ ਕੁਛ ਉਹ ਧਿਆਨ ਨਾਲ ਖੇਡਾ ਓਏ ਚੱਲੀਏ ਮਾਮਾ ਤਾਂ ਨੀਂਦ ਵੀ ਆਉਣ ਲੱਗ ਗਈ ਨੀਂਦ ਤਾਂ ਆਉਣੀ ਸੀ ਮਾਰਨਿੰਗ ਜੋ ਹੋ ਗਈ ਮਾਰਨਿੰਗ ਬਾਹਰ ਦੇਖ ਮਾਮਾ ਰਾਤ ਹੈ ਥੋਰੀ ਬ੍ਰੋ ਮੈਂ ਕੈਨੇਡਾ ਦੇ ਹਿਸਾਬ ਨਾਲ ਕਹਿ ਦਿੱਤਾ
ਤੁਸੀਂ ਇੰਡੀਆ ਵਾਲੇ ਪਿੱਛੇ ਹੀ ਰਹੋਗੇ। ਉਹ ਬਹਿ ਜਾ ਤੂੰ ਵੱਟਾ ਕੈਨੇਡੀਆ। ਚੱਲ ਚੱਲ ਸਿੱਧੀ ਚੱਲ। ਪਾਣੀ ਖਤਮ ਹੋ ਗਿਆ ਲਈ ਮੜਾ ਬਟਰ ਕੂਲਰ ਭਰ ਕੇ। ਕਿਉਂ ਲੱਤਾਂ ਟੁੱਟੀਆਂ ਤੇਰੀਆਂ? ਆਪ ਲਿਆ ਕੁੱਤਾ ਸਮਝਦਾ ਮੈਨੂੰ ਤੇਰੀ ਹਰ ਗੱਲ ਮੰਨੀ ਜਾਵਾਂ? ਸਮਝਦੇ ਦਾ ਕੀ ਮਤਲਬ? ਕੀ ਮਤਲਬ ਤੇਰਾ? ਮੈਂ ਕੁੱਤਾ ਡਲ ਬਲੈਕ ਜਾ ਯਾਰ, ਹੁਣ ਅਸੀਂ ਕੁੱਤੇ ਹੋ ਗਏ ਤੇਰੇ ਲਈ। ਓ ਯਾਰ ਕੀ ਹਰਕਤਾਂ ਆਂ ਕਰੀਆਂ ਨੇ, ਮੈਂ ਲੈ ਆਉਣਾ ਬਸ। ਓ ਯਾਰ ਬੈਠ ਬੈਠ ਮਜ਼ਾਕ ਕਰਦਾ, ਮੈਂ ਲੈ ਆਉਣਾ। ਹਾਂ ਕੁੱਤਾ ਇੱਕ ਤਾਂ ਇਹਨੇ ਅੱਡ ਲਹੂ ਪੀ ਲਿਆ ਮੇਰਾ। ਹਾਂ ਬੋਲ। ਮੰਨਿਆ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ, ਪਰ ਪਿਆਰ ਦੇ ਨਾਲ ਗੱਲ ਤਾਂ ਕਰ ਹੀ ਸਕਦਾ ਹੈ ਨਾ। ਓ ਯਾਰ ਤੂੰ ਕੰਮ ਦੱਸ। ਮੈਨੂੰ ਨੀਂਦ ਨਹੀਂ ਸੀ ਆ ਰਹੀ, ਮੈਂ ਸੋਚਿਆ ਕਿ ਮੈਂ ਲੋਰੀ ਸੁਣਾਵਾਂ। ਨੀਂਦ ਵਾਲੀ ਗੋਲੀ ਲੈ ਤੇ ਸੌਂ ਜਾ ਚੁੱਪ ਕਰਕੇ। ਤੂੰ ਸੱਚੀ ਛੱਡਣਾ ਚਾਹੁੰਦਾ ਮੈਨੂੰ? ਯਾਰ ਹੁਣ ਮੈਂ ਤੈਨੂੰ ਲਿਖ ਕੇ ਦਵਾਂ, ਆਪਦਾ ਪਿਆਰ ਪਿਊਰ ਵਾਲਾ ਡਰਾਮਾ ਬੰਦ ਕਰ ਦੇ, ਮੇਰਾ ਖਹਿੜਾ ਛੱਡ। ਚੱਲ ਠੀਕ ਆ, ਅੱਜ ਤੋਂ ਬਾਅਦ ਤੈਨੂੰ ਮੇਰਾ ਕਦੇ ਫੋਨ ਨਹੀਂ ਆਊਗਾ। ਪੱਕਾ? ਹਾਂ ਪੱਕਾ। ਸ਼ੁਕਰ ਆ ਤੈਨੂੰ ਵੀ ਅਕਲ ਆਈ, ਆਪਦੀ ਨਾ ਗਲਤ ਰਹੀ। ਹੁਣ ਤੂੰ ਫ੍ਰੀ ਆ, ਹੁਣ ਜੋ ਮਰਜ਼ੀ ਕਰ, ਜਿੱਥੇ ਮਰਜ਼ੀ ਜਾ। ਜੀ ਮੁਕਾਉਣਾ ਇਹ ਗੱਡੀ ਚਲਾ ਸਿੱਧਾ ਹੋ ਕੇ। ਆ ਲਾਉਣਾ ਜੀ ਕੈਨੇਡਾ ਵਾਲਾ ਗਾ, ਬਹੁਤ ਵਧੀਆ ਹੈ। ਨਹੀਂ ਜੀ। ਦੀਪੇ ਇਹਦੀ ਤਾਂ ਬਾਜੀ ਬੜੀ ਸੋਹਣੀ ਆ, ਟੈਲ ਹਰ ਸੋ ਫੇਸ। ਮੈਂ ਮੂੰਹ ਨਹੀਂ ਕਹਿੰਦਾ, ਤੂੰ ਆਪੇ ਕਹਿ ਦੇ। ਉਹ ਜੋਰਡਨ ਦੇ ਸ਼ੂਜ ਲੈ ਲਈ? ਪੱਕੀ ਗੱਲ ਆ? ਹਾਂ ਟੈਲ ਹਰ ਸੋ ਫੇਸ। ਖੜ ਜਾਵੇ ਸਵਰਿਆ ਕਹਿ ਦੇਣਾ। ਪਾਲੀ ਹੋ ਰਿਹਾ ਯਾਰ? ਨਾ ਨਾ ਕੋਈ ਨਹੀਂ, ਠੀਕ ਹੈ। ਉਰੇ ਤਾਂ ਕਿੰਨਾ ਛੱਡਾਂ ਫਿਰ? ਬਸ ਬਸ ਨਿਕਲ ਜਾ। ਮੱਖਣ ਯਾਰ ਜੇ ਤੇਰੇ ਮਨ 'ਤੇ ਕੋਈ ਬੋਝ ਆ ਨਾ ਤਾਂ ਲਾ ਲਾ ਯਾਰ, ਜੋ ਸਜ਼ਾ ਦੇਣੀ ਆ ਦੇ ਸਕਦਾ। ਯਾਰ ਬੇਕਸੂਰ ਬੰਦੇ ਨੂੰ ਕਾਹਦੀ ਸਜ਼ਾ ਹੈ? ਤੈਨੂੰ ਪਤਾ ਮੱਖਣਾ ਆਹ ਗੱਲ ਸੁਣ ਲਈ ਨਾ ਕੰਨ ਤਰਸ ਗਈ ਯਾਰ ਮੇਰੇ। ਸੌਂ ਲੱਗੇ ਮੈਂ ਨਿੱਕੇ ਨੂੰ ਉਹਦੇ ਇੰਨਾ ਸਮਝਾਇਆ ਨਾ, ਪਰ ਉਹ ਨਿੱਕੇ ਪਾਗਲ ਹੋ ਗਏ ਯਾਰ ਤੂੰ, ਦੋ ਵਾਰੀ ਦਾ ਸਮਾਨ ਕੇਰਾਂ 'ਚ ਲਾਈ ਜਾਂਦੇ। ਦੇਖੀ ਸਵਾਦ ਵੀ ਦੁੱਗਣਾ ਹੀ ਮਿਲੂ। ਨਹੀਂ ਸਾਲਿਆ ਗਲਤ ਕਰ ਰਿਹਾ, ਮਰ ਜਾਏਗਾ ਤੂੰ। ਪਾਪੜ ਮੰਨ ਲੈ ਮੇਰੀ ਗੱਲ ਸਾਲਿਆ, ਹੁਣ ਤੂੰ ਦੱਸੇਗਾ ਜੱਟ ਨੂੰ
की करना कि नहीं। रात दियां रोटियां तत्तियां करके खाने वाले हो, थोनू की पता स्वाद की हुंदा है। यार निक्के तू गलत कर रहे है, फड़ा इधर। चल छड़, तेरा भी कसूर नहीं सी पाली। यार निक्के तो बाद ना मैं जमा कला रह गया सी यार, पर आज जदों दी अंबर आई है ना, इन्हें सारे परिवार को सांभ लिया। सौं लगे यार, तेरी भरजाई बहुत चंगी है यार। ओ भाई यार, चंगी है चाहे माड़ी मैनू की पता है। क्यों साले, आपा नू कड़ा मिलाई है यार कदे। लै ए किड्डी की चीज है यार, आ लै आ चक कर प्रतख दर्शन। क्यों खुल दी अख पा सीधी दिमाग च यार, जिम आहो लाउंदी आ जिम, तां जिम तां तेरे वीर ने भी शुरू कर लेना, देखी महीने तक सारी फाइट जी डा देनी आपां। नहीं यार मैं कहना सी भी जिम दा हुण तां फोटो बनदी आ। ओ कर जो कर जो इकट्ठे हो ਸਾਲਿਆ, ਕੰਨਵੇ ਚ ਫਿਰਦਾ ਹੈ ਬਣਿਆ ਫੋਟੋ ਦਾ, ਇੱਧਰ ਆ ਸੈਲਫੀ ਖਿੱਚੀਏ। ਓ ਯਾਰ ਓ ਯਾਰ ਕਹਿਦੇ ਯਾਰ ਲੈ ਲਈ ਫਿਰ ਜੋਰਡਨ ਜੋਰਡਨ ਦੀਪੇ ਜੋਰਡਨ ਕਹਿੰਦਾ ਖਿੱਚ ਕੇ ਸੈਲਫੀ ਚਾੜਦੇ ਇੰਸਟਾ ਫੇਸਬੁੱਕ ਤੇ, ਪਤਾ ਲੱਗੇ ਯਾਰਾਂ ਦੀ ਯਾਰੀ ਦਾ। ਆ ਸੁਣਿਓ ਜੀ, ਬਾਹਰੋਂ ਸਾਡੇ ਮਹਿਮਾਨ ਆਏ ਨੇ, ਮਾੜਾ ਜਿਹਾ ਆਪਣਾ ਫੇਸ ਦਿਖਾ ਦਿਓ। सरदार साहब, ऑपरेशन मैं करता है जी, पर ज्यादा ब्लीडिंग होने की वजह ने हालत क्रिटिकल है, जब तक होश नहीं आता तब तक कुछ नहीं कहा जा सकता। सरदार साहब गल की हुई सी, दीपे हां तेनू पता है यार हाथी के कान एडे बड़े क्यों होंगे? हवा चलन ਉਹ ਨਹੀਂ ਯਾਰ, ਅੱਡੇ ਵੱਡੇ ਕੰਨ ਇਸ ਕਰਕੇ ਹੁੰਦੇ ਆ, ਹੁਣ ਤੂੰ ਹਾਥੀ ਦਾ ਸਰੀਰ ਦੇਖ ਕਿੱਡਾ ਵੱਡਾ ਹੁੰਦਾ ਯਾਰ, ਜੇ ਆਪਦਾ ਸਰੀਰ ਦੇਖ ਲਏ ਨਾ ਤੇ ਉਹਨੂੰ ਹੋ ਜੂਗਾ ਹੰਕਾਰ, ਤੇ ਦੁਨੀਆਂ ਨੂੰ ਕਰ ਦੂਗਾ ਤੈਸ ਨੈਸ। ਵਿਕਰਾ ਗੱਲ ਤਾਂ ਤੇਰੀ ਠੀਕ ਹੈ ਯਾਰ, ਸਾਲਿਆ ਕੰਨ ਹੀ ਵੱਡੇ ਹੈ, ਅੰਨਾ ਤਾਂ ਨਹੀਂ ਦੂਜਾ ਹਾਥੀ ਨਹੀਂ ਦੇਖ ਸਕਦਾ। ਉਹ ਗੱਲ ਤਾਂ ਖੈਰ ਤੇਰੀ ਵੀ ਸਿਆਣੀ ਆ, ਸਾਹਮਣੇ ਹਾਥੀ। ਥੈਂਕਸ ਵਿਕਰ, ਅੱਜ ਤੋਂ ਆ ਜੋਰਡਨ ਦੇ ਸੂਈ ਤੇਰੇ ਆ।
पक्का? हाँ पक्का। मामे एको शू है तेरे को जोड़न दा, एनू देंगा मेनू देंगा। तू खब्बा ले लिए सज्जा ले लू, क्यों दिमाग खाता, चल बैठ गड्डी च आ चलिए। और ठीक है बिक्रम ब्रो, मक्खन दे ब्याह च मिलांगे। ओ मिलदे हैं मिलदे हैं। हाँ ले फड़ पैसे। हाँ की बदतमीजी है, मेरी फोटो डिलीट कर। बेबी जस्ट फॉर मेमोरीज, मैं कड़ा किसी ने दिखाउनी है। मेनू नहीं पता, प्लीज मेरी फोटो डिलीट कर। तू कहना इनो फोटो डिलीट करे। कर दे यार डिलीट, तू सर्च मारनी है। नाउ हैप्पी मेजू बेबी। हेलो ब्रो। ਫਿਕਰ ਕਿੱਥੇ ਸੌਣ ਦਿੰਦੇ ਧੀਏ, ਤੇਰਾ ਬਿਊਟੀ ਪਾਰਲਰ ਵਾਲਾ ਕੰਮ ਮੈਨੂੰ ਜਮਾਂ ਪਸੰਦ ਨਹੀਂ, ਰਾਤ ਬਰਾਤੇ ਬਾਹਰ ਜਾਣਾ ਪੈਂਦਾ। ਤੇਰੀ ਪਹਿਲਾਂ ਵਾਲੀ ਨੌਕਰੀ ਵਧੀਆ ਸੀ, ਐਵੇਂ ਛੱਡਤੀ ਤੂੰ। ਚੱਲ ਪੈ ਜਾ। ਸਿੰਮੀ ਹੁਣ ਬੇਬੇ ਨੂੰ ਕੀ ਦੱਸੇ ਕਿ ਉਹਨੇ ਉਹ ਨੌਕਰੀ ਕਿਉਂ ਛੱਡੀ। ਹਰ ਵਾਰ ਦੀ ਤਰ੍ਹਾਂ ਕਿਸੇ ਦੀ ਮਾੜੀ ਨੀਤ ਕਰਕੇ ਸਿੰਮੀ ਨੂੰ ਫੇਰ ਨੌਕਰੀ ਤੋਂ ਕੱਢ ਦਿੱਤਾ ਗਿਆ। ਪਰ ਜ਼ਿੰਦਗੀ 'ਚ ਜੇ ਤੁਹਾਨੂੰ ਬੁਰੇ ਲੋਕ ਮਿਲਦੇ ਨੇ ਤਾਂ ਚੰਗੇ ਵੀ ਤੁਹਾਡੇ ਆਸ ਪਾਸ ਹੀ ਨੇ। ਮਨਜੀਤ ਦੀਦੀ, ਜਿਸ ਦੇ ਕਰਕੇ ਸਿੰਮੀ ਦੀ ਜ਼ਿੰਦਗੀ 'ਚ ਖੁਸ਼ੀਆਂ ਫੇਰ ਤੋਂ ਵਾਪਸ ਆ ਗਈਆਂ। पर माड़ी किस्मत कदी पीछा नहीं छड़ती। दीदी जी। हाँ मैनू ना 50,000 रुपए चाहिए। आ ले उन्हें काम देने दे पैसे। कोई गल नहीं, जे कि कम होर होया फिर जरूरत पई दस दियो मैनू। दीपे ना हुणे का दे ए भी लग जू, तेनू थोड़े दिन तक पता। पैसे तो तेनू मिल जाणगे, पर तेनू एक कम करना पऊ। कम? Thank you.
ਆ ਫੜਾਈ ਯਾਰ ਮੈਨੂੰ ਇੱਕ ਆ ਲੈ ਓਏ ਯਾਰ ਮੇਰਾ ਪੈਗ ਬੁੱਕ ਨਾ ਪਾਇਆ ਹਜੇ ਓਏ ਡਾਇਰੈਕਟ ਵੀਡੀਓ ਕਾਲ ਆ ਪ੍ਰਿਆ ਕੌਣ ਹੈ ਸਾਲਿਆ ਕਿ ਦੱਸੇ ਨਹੀਂ ਤੂੰ ਓਏ ਲਕੋਈ ਤਾਂ ਬਹੁਤ ਕੁਛ ਬੈਠਾ ਸੀ ਅਹਾਂ ਹਾਂਜੀ ਹਾਂਜੀ ਕਿੱਦਾਂ ਮੇਰੇ ਜਿੰਮੀ ਚੂ ਬਸ ਤੁਹਾਡੇ ਸਾਹਮਣੇ ਹੀ ਆ ਜੀ ਹਾਏ ਹਾਏ ਡਿਸਟਰਬ ਤਾਂ ਨਹੀਂ ਕੀਤਾ ਮੈਂ ਸ਼ੁਡ ਆਈ ਕਾਲ ਲੇਟਰ ਸਟਾਫ ਨੂੰ ਮਗੜਾ ਟਰੂਡੋ ਨਾਲ ਬੈਠਾ ਯਾਰਾਂ ਜੀ ਬੈਠਾ ਅੱਛਾ ਮਤਲਬ ਪਾਰਟੀ ਚੱਲ ਰਹੀ ਹੈ ਬਸ ਪਾਰਟੀ ਚੱਲੀ ਜਾਂਦੀ ਆ ਲਓ ਮੈਂ ਤੁਹਾਨੂੰ ਯਾਰਾਂ ਨਾਲ ਵੀ ਮਿਲਾਈ ਦਿੰਦਾ ਇਹ ਹੈ ਮੱਖਣ ਹੈਲੋ ਮੱਖਣ ਹੈਲੋ ਇਹ ਪਾਲੀ ਹਾਏ ਪਾਲੀ ਸਤਿ ਸ਼੍ਰੀ ਅਕਾਲ ਜੀ ਤੈਨੂੰ ਹੈਲੋ ਮੈਨੂੰ ਹਾਏ ਓਏ ਯਾਰ ਤੂੰ ਪੜਿਆ ਲਿਖਿਆ ਘੱਟ ਆ ਨਾ ਉਹ ਫਿਰ ਉਹਨੂੰ ਥੋੜੀ ਪਤਾ ਹੈ ਕੀ ਪਤਾ ਸਾਡੇ ਦੇਸੀਆਂ ਦਾ ਤਾਂ ਪਤਾ ਹੀ ਆ ਤੁਹਾਨੂੰ ਇੱਧਰ ਲੋਕਲ ਬ੍ਰਾਂਡ ਵਾਲੇ ਆ ਕੋਈ ਨਾ ਪੀ ਲੋ ਜਿੰਨੀ ਪੀਣੀ ਹੈ ਵਿਆਹ ਤੋਂ ਬਾਅਦ ਜਦੋਂ ਮੈਂ ਕੈਨੇਡਾ ਲੈ ਆਈ ਨਾ ਫਿਰ ਇਸੇ ਨੂੰ ਦੱਸੋਗੇ ਉਹ ਤਾਂ ਹੈ ਕੈਨੇਡਾ ਚੱਕਰ ਕੀ ਹੈ ਓਏ ਆਪਾਂ ਨੂੰ ਕਿਹੜਾ ਦੱਸਦਾ ਹੈ ਓ ਬੱਲੇ ਮੱਖਣ ਬ੍ਰੋ ਮਰ ਰੱਜਾ ਨਹੀਂ ਹਜੇ ਤੂੰ ਯਾਰ ਮੱਖਣਾ ਪੌਣੀ ਖੱਟ ਲਿਆ ਕਿੱਥੋਂ ਲੱਭਦਾ ਇਹੋ ਜਿਹੇ ਕਲਾਕਾਰ ਜਗਦੇਵ ਨੂੰ ਅੱਜ ਭੇਜ ਦਿਓ ਪੀਜੀਆਈ ਓ ਭੈਣਾ ਜੈਕ ਤੋਂ ਸਿੱਧੀ ਜਗਦੇਵ ਓ ਜੈਕ ਜੂਗ ਤਾਂ ਵਿੱਚ ਹੀ ਫੇਤਾ ਹੁਣ ਤਾਂ ਜਗਦੇਵ ਹੀ ਚੱਲੂ ਓਏ ਮੱਖਣ ਐਡਾ ਗੁਣੀ ਕਲਾਕਾਰ ਗੁਣੀ ਕਲਾਕਾਰ ਤਾਂ ਹੁਣ ਹੀ ਹੈ ਟ੍ਰੇਨਿੰਗ ਜੋ ਆਪਾਂ ਦਿੱਤੀ ਸੀ ਫਿਰ ਉਹਨੂੰ ਓ ਯਾਰ ਆਪਣੀ ਵੀ ਕਰਾ ਕਦੇ ਕੋਈ ਜੁਗਲਬੰਦੀ ਸਾਲਾ ਕਿੰਨਾ ਕੁ ਚਿਰ ਐਮਰਜੈਂਸੀ ਕੋਟਿਆਂ ਨਾਲ ਸਾਰੀ ਜਾਵਾਂਗੇ ਕਰਾਵਾਂ ਤੁਹਾਨੂੰ ਦਰਸ਼ਨ ਫੋਟੋ ਖਿੱਚੀ ਵੀ ਹੈ ਮੇਰੀ ਓ ਮਾਮਾ ਇਹਨੇ ਖਿੱਚ ਲਈ ਸੀ ਮੈਂ ਡਿਲੀਟ ਕਰਾਤੀ ਇਹ ਆਈਫੋਨ ਆ ਰੀਸੈਂਟਲੀ ਡਿਲੀਟਡ ਸਾਂਭੀ ਹੋਈ ਆ ਓ ਤੂੰ ਤਾਂ ਦੇਖੀ ਹੋਈ ਆ ਯਾਰ ਓ ਮੈਂ ਤਾਂ ਨਹੀਂ ਨਾ ਦੇਖੀ ਓ ਤੇਰੇ ਕੋਲ ਤਾਂ ਪਹਿਲੀ ਬਥੇਰੀਆਂ ਨੇ ਚਾਰ ਚੂਜ਼ ਤਾਂ ਕਰ ਲਿਆ ਕਰੋ ਬੰਦ ਹੋ ਗਿਆ ਉੱਥੇ ਜਾ ਕੇ ਫੋਟੋ ਵੀ ਨਹੀਂ ਦਿਖੀ ਗਈ ਓ ਯਾਰ ਛੱਡੋ ਤੁਸੀਂ ਮੈਂ ਹੁਣੇ ਮੰਗਾਉਣਾ ਚਾਰਜਰ ਉਹ ਮੈਂ ਹੁਣੇ ਮੰਗਾ ਲੈਣਾ ਤੁਸੀਂ ਖੜ ਜਾਓ 2 ਮਿੰਟ ਉਹ ਫਿਰ ਕਰ ਲਾਂਗੇ ਯਾਰ ਤੁਸੀਂ ਪੈਗ ਲਾਓ ਓਏ ਯਾਰ ਚਾਰਜਰ ਮੰਗਾ ਉਹ ਟੱਕਰ ਲੈਨੇ ਆ ਦੇਖ ਲੈਨੇ ਆ ਫਿਰ ਮੈਂ ਡਰਦਾ ਚੱਲ ਮੈਂ ਤੈਨੂੰ ਲਾਈਵ ਕਿਸੇ ਨੇ ਭੇਜਦਾ ਓ ਤੂੰ ਇੱਕ ਮਿੰਟ ਮੈਂ ਤੈਨੂੰ ਕਰਦਾ ਕਾਲ ਬਾਅਦ ਚ ਹੈਲੋ ਹਾਂ ਜਿੰਮੀ ਓ ਯਾਰ ਆਈਫੋਨ ਦਾ ਚਾਰਜਰ ਦੇ ਕੇ ਜਾਈ ਮੱਖਣ ਵਾਲੀ ਮਿਲਤਾ ਓ ਯਾਰ ਮੈਂ ਨਹੀਂ ਆ ਸਕਦਾ ਬਾਈ ਯਾਰ ਟਰੱਕ ਆਉਣ ਵਾਲਾ ਯਾਰ ਦੁੱਧ ਪਾਉਣਾ ਮੈਂ ਬੰਦਾ ਬਣ ਕੇ ਦੇ ਕੇ ਜਾ ਓਏ ਮੇਰੀ ਗੱਲ ਤਾਂ ਸੁਣ ਲੈ ਯਾਰ ਜਿੰਮੀ ਕੀ ਆਈ ਯਾਰ ਬਗਾਰਾ ਲਿਖਾ ਲੈ ਤੁਸੀਂ ਮੌਕੇ ਤੇ ਪਹੁੰਚੇ ਜਾਂ ਸਿੱਧਾ ਹਸਪਤਾਲ ਆਏ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਅੰਬਰ ਨੂੰ ਹੋਸ਼ ਆ ਗਿਆ ਅੱਛਾ ਉਹ ਠੀਕ ਹੈ ਤੂੰ ਅੰਬਰ ਪੁੱਤਰ ਇਹ ਪੁਲਿਸ ਤੇਰਾ ਬਿਆਨ ਲੈਣਾ ਚਾਹੁੰਦੀ ਹੈ ਅੰਬਰਦੀਪ ਸਾਨੂੰ ਰਾਤ ਦੀ ਵਾਰਦਾਤ ਬਾਰੇ ਦੱਸੋ ਕੁਛ ਤੁਹਾਡੇ ਮੰਗੇਤਰ ਮੱਖਣ ਨਾਲ ਤੁਹਾਡੀ ਆਖਰੀ ਗੱਲਬਾਤ ਕੀ ਹੋਈ ਸੀ ਤੇ ਜਿੰਮੀ ਸ਼ਰਮਾ ਨੂੰ ਤੁਸੀਂ ਕਿਵੇਂ ਜਾਣਦੇ ਹੋ ਅੰਬਰ ਅੰਬਰ ਪੁੱਤਰ ਡਾਕਟਰ ਸਾਹਿਬ ਪੁੱਤਰ ਬਾਹਰ ਦੇਖੋ ਕੀ ਹਾਲ ਜਾਓ ਪੇਸ਼ੈਂਟ ਦੀ ਖਰਾਬ ਹੋ ਰਹੀ ਹੈ ਨਾ ਚਲੋ ਚਲੋ ਦੱਸ ਫਿਰ ਕੀ ਕਰਨਾ ਪਾਗਲ ਸਮਝ ਰੱਖਿਆ ਜੋ ਕਹੇਗਾ ਮੰਨੀ ਜਾਊਂਗੀ ਇੱਧਰ ਤੂੰ ਨਹੀਂ ਮੰਨਦੀ ਉੱਧਰ ਇੰਟਰਕਾਸਟ ਮੈਰਿਜ ਲਈ ਮੇਰਾ ਡੈਡੀ ਨਹੀਂ ਮੰਨਦਾ ਕਿੱਧਰ ਜਾਵਾਂ ਮੈਂ ਦੱਸ ਕਿੱਧਰ ਜਾਵਾਂ ਮੈਂ ਤੂੰ ਜਿੱਥੇ ਜਾਣਾ ਜਾ ਮੈਂ ਤੇਰੇ ਨਾਲ ਜਾਊਂਗੀ ਕੀ ਚਾਹੁੰਦੀ ਆ ਕੱਢ ਕੇ ਲੈ ਜਾ ਤੈਨੂੰ ਮਰਨ ਤੂੰ ਦਿੰਦਾ ਨਹੀਂ ਜੀ ਮੈਂ ਤੇਰੇ ਬਿਨਾਂ ਸਕਦੀ ਨਹੀਂ ਜਿੰਮੀ ਮੇਰੇ ਘਰਦਿਆਂ ਨੇ ਮੈਨੂੰ ਕਿਸੇ ਹੋਰ ਨਾਲ ਵਿਆਹ ਦੇਣਾ
अंबर मैं ता ही कह रहा मक्खन नाल ब्याह करा के हायर स्टडीज दा बहाना ला के कनेडा लंघ जा मगरे मैं ता ही जाना उत्थे नवा मुल्क नवे कानून ते फिर केड़ा मक्खन ते केड़ा पंजाब मेरी गल समझ रही है ना तू मेरा जूंडी दा यार जिमी सत श्री अकाल जी हेलो जी बैठो प्लीज अंबर ओ सोनिया मैं आई एक मिनट फ्रेंड नु मिलके तू इत्ते किथे मैं अपने फ्रेंड नाल आई हां मुड़या आउणा कि तुर तक छड़ के आएगा मखणा आ ता ना तू सच्ची दूध तो मलाई ओ ला ली धर्म ना भरजाई बहुत सोहनी है चॉइस की दिया फिर यार मेनू भी लभदे आ जी ओ कर दन्या तेरी भी सिफारिश आपे लब लेना उन्हें हो जाना पर एक गल दी समझ नहीं आई यार एडा टीसी वाला बेर तेरी चोली किवें पै गया ले सुन फिर हफ्ता क पहला तेरे वीर दे कुर्ते पजामे वाली फोटो ते इन्हें कमेंट करता हां कहंदी दर्जी कौन है मैं ता मिल के ही दसूं बस उस तों बाद गल जवाखां दे नावां तक पहुंची पई है कि नहीं मिलदे हां बस चल ठीक है फिर चंगा बाय ओके हाँ जी की गल चल रही है बस कुछ नहीं पर जाई तुहाडे न्याणे ना डिस्कस करते सी ओए चलो तुसी करो ऑर्डर है ना मैं माड़ा वॉशरूम जाया वा हाँ सोना लग रहा चार्जर लेके आया ही नहीं कदों चार्जर लेके आऊ कदों कलाकार दी फोटो देखांगे उस साला कट मूदला सारी उतरी होगी वैसे पाली वधिया हो गया ना तू अज आ गया इत्थे मक्खन किड्डे खेड़े मत्थे मिलिया तेनू ते तू एवें ओ बोरी दे झोड़ियां तो लैके थाने दे रौलियां तक इकट्ठे रहे आपां ते तू एवें ओ साड़िया मक्खन यार अपना जे यार ये ताही ता तू फिर एक ता फोन बापू दी कॉल आ गई पर यार मैं बहुत खुश हूँ कि तेरा ते मक्खन ता बढ़िया हो गया हूँ मैं आ एक मिनट इज्जत वापस नहीं आनी कुछ नहीं होया इज्जत किधरे नहीं जाती भुपिंदर भी तो एदा ही भरा है भावे सरपंच ओ बनते चाहे हो की फर्क पैंदा हैं जे फर्क नहीं सी पैंदा ता मेरे कोल की लेना आया ओदे कोले पी लेंदा तू तैनू पता बिंदर सरपंची किवें जित्या किवें अपने यारा करके ते मेरे यार थू आ बैठे ने मोक मारी जे किते मेरे हाथ कानून च ना बजे हुंदे ना ता मैं सड़दा गिनती वाले दिन ना मक्कू ठप देना सी बड़े सरपंच दा
की करां गुरजंत, यार मेरा वस नहीं चलता। लोग कहणगे अर्जन ने सरपंची पिछे आपदा ही भरा मारता। हाँ, वैसे यार यारां दियां बाहां हुंदे ने, एक बाह तां पहले लाचार सी ते दूजी। चल छड गुरजंत, पा पैग। पक्का? हाँ पक्का, पा पैग। मैनू बचा लोगे? क्यों, साडी यारी ते शक है। हुण फिर पैग उदां ही लाई अर्जना जिदां घिंदर दा कंटा कढ़िया गया। बार बार फोन ना करी, चल मखण नू फिर शक पै जाना। तू तो ठीक है ना? ओ हाँ यार, मैं तो ठीक हाँ, बस मैं तेनू फोन करूंगा अंबर, तू नी मेनू कॉल करनी। ओके ओके, हाँ ठीक है ठीक है। हाँ वो आ जा हुण, झक बैठी ते तुरेगा। आई एम इंडिया लूसी, नो सिग्नल लूसी। मामे दे दे यार फोन मेरा, आज ही सारा नेट मकाना है। नाले की लूसी लूसी लाई है, पर आ जाके गल कर। ओए मामिया तेरी, सॉरी लूसी, आई लव यू लूसी। जाना तो फिर भी पू, तुसी टिकट खाते बाद ही बुक करवा दे। इन्नी काली का दिया जान दी मिठी है, क्लासा दा महीने बाद ही शुरू होनी है। मेरे एक फ्रेंड ने भी विनीपेग ही जाना, वो कहंदी इकट्ठे जावांगे, रहना सौखा हो जू। केड़ी फ्रेंड? ओने भी मेरे नाल ही ब्राइट फ्यूचर इंस्टीट्यूट तो आल्स कीती आ। यार सा जिमी ने भी तो उत्थों ही आल्स कीती सी, कदे मिलिया नहीं तेनू। वेट, कित्थे रह गए? लो जी गई है। तू अंबर नू पहला तो जानना होए। अखना खारा दीपे पई है थोड़ी बहुती ना यार, देखी पाली ਮੜਾ ਸਟੋਰ ਰੂਮ ਚ ਦਾਰੂ ਕੱਢ ਕੇ ਲਈ। ਓ ਹੈਲੋ, ਤੂੰ ਅੰਬਰ ਨੂੰ ਪਹਿਲਾਂ ਤਾਂ ਜਾਣਦਾ ਓਏ? ਨਹੀਂ, ਜੇ ਮਿਲਿਆ ਹੁੰਦਾ ਤੁਹਾਨੂੰ ਦੱਸ ਨਾ ਦਿੰਦੀ, ਸਾਡੇ ਬੈਚ ਤਾਂ ਸਾਰੀਆਂ ਕੁੜੀਆਂ ਹੀ ਸੀ। ਓਕੇ ਓਕੇ, ਚੱਲ ਕਰਦਾ ਤੈਨੂੰ ਬਾਅਦ ਚ। ਸ਼ੁਕਰ ਆ ਯਾਰ, ਐਵੇਂ ਚੰਗਾ ਹੀ ਹੋ ਗਿਆ, ਤੇਰੇ ਵਰਗੇ ਬੰਦੇ ਦਾ ਕੀ ਤਵਾਰਾ ਹੈ। ਜਿਹੋ ਜਿਹਾ ਤੂੰ ਬੰਦਾ ਦੂਰ ਏ ਚੰਗਾ। प्यार प्यो ना चादर ते लगे दाग अर का दाग क्या प्यार क्या प्यार क्या आप दे लेगी वधिया जे मुंडा ला वधिया जे मुंडा ला ते ब्याह करा ला ते ब्याह करा ला। ਸਿੱਖਦਾ ਹੋ ਜਾ ਯਾਰ, ਉਹ ਕਨੇਡਾ ਵਾਲੀ ਕੁੜੀ ਮੈਨੂੰ ਵਧੀਆ ਲੱਗਦੀ ਹੈ, ਉਹਦੇ ਨਾਲ ਵਿਆਹ ਕਰਾ ਕੇ ਸੈਟਲ ਹੋ ਜਾ। ਐਵੇਂ ਕਿਉਂ ਥਾਂ ਥਾਂ ਮੂੰਹ ਮਾਰੀ ਜਾਂਦਾ ਯਾਰ,
आ मूह जहा मारना ना तेरे करके शुरू किया मैं ना मेरे करके क्यों मूह मार लग गया वे प्यार करता सी सोनिया नू मैं जिमी बदल आ यार की जलूस कड्या होया ओ यार सारे लोग बिखी जाते ने मैं करदा यार उनू दोबारा फोन ले आ गया मक्खन आजा मक्खन यार सोनिया नू घरे लाया क्यों टेंशन लेना जिमी बैठा तेरा भाई यार बस ठीक है चल जा ओके चंगा जिम्मी मेरा यकीन करी मेरी कोई गलती नहीं है मैं तो बस फार्म हाउस देखना चाहती सी हेलो हाँ तरसेम ओ यार तेनों क्या था सी पार्टी अपने फार्म हाउस से करांगे नाले जे कोई पैसे पुसे की लोड़ होई चंगी ना मैं दस दी ठीक है ओके बाय बाय थोड़ा फार्म हाउस भी है हाँ जी आ हुणी लंघे पिछे अच्छा थोड़ा सी जी मैं कदे फार्म हाउस नहीं देखा दसो फिर कदों देखना है जदों तुसी कहो हेलो मैं तो वैसे ही मक्खन नू फार्म हाउस दी कार नू क्या सी मेनू की पता सी ओदे मन च की है ओदे मेनू ओदे धक्के नाल ड्रिंक करवा दित्ती ते बाद च मेनू होश ही नहीं रिया जिम्मी मेनू पता है तू मेनू किन्ना प्यार करदा है ते मैं भी बहुत करदी हां ओ जिम्मी आ जा यार की फोन ते लग्या पया है वैसे मक्खन साला तगड़ा खिलाड़ी है ना एक भी बॉल नहीं मिस जान देता आ जा छेदी हाँ जी माड़ा जा जाई यार उन्हें पता ही लगना दारू कित्थे है जानना भरावा ओहदा कुड़ी ओही सी यार जे तैनूं बाला गुस्सा है आला दोए बने हाथ मैनूं माफ कर दे ले ले जिहड़ा बदला लैणा बदला तां मैं लै चुका बैठा की करी जाने उथे दारू डिकी आते पाली बोल पा कुछ की होया तेनू
ਟੱਕਰ ਲਾਂਗੇ ਟੱਕਰ ਲਾਂਗੇ ਆ ਖੜਾ ਤੇਰਾ ਜੀਜਾ ਆ ਟੱਕਰ ਲੈ ਮੈਂ ਤਾਂ ਵੀਰੇ ਐ ਕਹਿੰਦਾ ਸੀ ਵੀ ਪਬਜੀ ਚ ਟੱਕਰ ਲੈਨੇ ਬਾਈ ਤੁਸੀਂ ਸੀਰੀਅਸ ਹੀ ਲੈ ਗਏ ਮਾਰ ਸਾਲੇ ਦੇ ਦੋ ਬਾਈ 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 ਯਾਰ ਸੱਚਾ ਮੇਰਾ ਤੇ ਅੰਬਰ ਦਾ ਇਹਦਾ ਮਤਲਬ ਤੂੰ ਤੇ ਅੰਬਰ ਮੈਨੂੰ ਧੋਖਾ ਦਿੰਦੇ ਰਹੇ ਪਾਲੀ ਦੱਸ ਯਾਰ ਦੀਪੇ ਉਹ ਦੀਪੇ ਕੀ ਹੋ ਗਿਆ ਤੂੰ ਪਾਲੀ ਉਹ ਪਾਲੀ ਕੀ ਹੋ ਗਿਆ ਯਾਰ ਪਾਲੀ ਕੀ ਹੋਇਆ ਦੀਪੇ ਪਾਲੀ ਪਾਲੀ ਬਰੋ ਇਹਨੂੰ ਕੀ ਹੋ ਗਿਆ ਪਾਲੀ ਦੱਸ ਕੀ ਹੋਇਆ ਦੀਪੇ ਨੂੰ ਬੂਕਣਾ ਬੰਦ ਕਰ ਓ ਬਾਈ ਮੈਂ ਨਾ ਸਟੋਰ ਰੂਮ ਚ ਯਾਰ ਦਾਰੂ ਲੱਭੀ ਜਾਂਦਾ ਸੀ ਯਾਰ ਅੰਦਰ ਨੇਰਾ ਸੀ ਯਾਰ ਓ ਮੈਨੂੰ ਦਾਰੂ ਨਹੀਂ ਲੱਭੀ ਯਾਰ ਓ ਬਾਰੋ ਬਾਜ ਆ ਜਾਂਦੀ ਸੀ ਬਾਈ ਮੈਂ ਦੇਖਿਆ ਬਾਹਰ ਨਿਕਲ ਕੇ ਦੀ ਪਾ ਤਾਰ ਨਾ ਲੱਗਿਆ ਭਾਈ ਬਾਈ ਦੀ ਭਾਈ ਨੂੰ ਕਰੰਟ ਲੱਗ ਗਿਆ ਬਾਈ ਲੱਗ ਗਿਆ ਓਏ ਦੀਪੇ ਦੀਪੇ ਪਹਿਲਾਂ ਨਿੱਕਾ ਚਲਾਇਆ ਯਾਰ ਹੁਣ ਤੂੰ ਚਲਾ ਗਿਆ Ah!
जगदेव छड़ा पागल तो नहीं हो गया तू यार होश कर की कही जाना तू यार अपन नहीं पता क्रचना कि मर देने पते गन्ना चो खून मूह चो खून खड़ जा खड़ जा पाली पागल हो गया तू क्यों मारिया जवाक नू की कसूर की सी ओदा तेनू पता जाएगा होनी जिहड़ी कुड़ी लेके गई सी पाली दी भैण सालिया पाली भरा है अपना तेरे सही भरा ने अपने निक्के नू मारिया पैगा है जेड़ा मिणमिण के जे पाई जाने भर लांगे सरे तक जाता ना हो जू पाली मर चले यट ये यट वो लाता जट कम दाग मुद गया करती गली इधर फड़ा पुत तेरे वास्ता कम नहीं लिया मारिया मैं अपने प्यो का बदला लैन ली पुछनी जाके अपने प्यो अर्जन सिंह तो सरपंची लैन ली की किया लै भी अर्जना चन्नड़ दा फस गया अपने जाल च सरपंची मुबारक ओ ता ठीक जे चन्नड़ ने जेल अंदर मुंह खोलता फिर ओहो अर्जन से बहुत भोला तू समझया नहीं मुंह ता तां खोलू जे अंदरों बाहर आऊगा ना मतलब अच्छा तैनू की लगता है भई फाहे सिर्फ अदालतां दिंदियां ने यार मैं कदों काम आऊंगा
खुश किता ही खुश किता ही खाने दा रहा सदके जावा तुहाडी यारी ते आपदी पर्सनल खुंदक करके एक ने किसी की भैन की इज्जत रोलती ते दूजे ने जवाक मारता वो साले वो शर्म कर लो कुछ ते तू तू जिहड़ी यार मार कर रहे हो क्यों मैं की करता हुण तेरे नाल इहदे नाल तां कर रहे हैं तेरी होने वाली घर वाली मशहूक है दी साले की बकवास कर रहे है की कह रहा जिम्मी है जे नहीं यकीन तो कर ला फोन अगली तू साले दफा हो मखण मेरी गल सुन इधर मखण यार तू झूठे ते यकीन करेगा फोन कित्थे तेरा ओ इस कुत्ते करके अपना निक्का वीर मरिया आ दीपा मरिया पिया ओ यार तू यार आपां बैठ के गल कर लैणे आ ना जमा ठीक है तेरा जिम्मी मेरे हाथ का पटाका तो कितने बड़ा है लपड़ा रे कच्चा नूं बदनाम करन ते लक बने है बदतमीज किसे थां दा अंबर तू किते चली है किरण मैनू जाना पैना पर जे मामा जी उन्होंने पूछे फिर मैं की कहूंगी जे मैं ना गई ना तो कहन सुन नूं कुछ नहीं बचना बस माड़ी जी घबराहट जी हुई पानी की घुट दे मेरी धी दिंदी हल बीबी ठीक है मत मरी गई तेरी आ की करता तू तैन कहा ना मार के जाऊंगा ले ले दीपे ब्रो का बदला वो बदले दे लगता कनेडा नहीं जाइए ब्रो तू जा निकले तो
चल निकल। नहीं आना। ओ जा चल यार तू तू चल। मखणे नूं थले कर ला, मैं सारी गल तैनूं बह के समझा दूंगा। आपां दोवें वीर बह के गल कर लांगे। मेरी गल समझण दी कोशिश कर प्लीज। मैं अरे तैनूं अपने छोटे भाई वांगू समझा सी ते तू मेरे करे। नहीं 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 प्लीज 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 मखणे चल जांदी हुंदी आ। प्लीज इहनूं इहनूं थले रख ला प्लीज। मैं तेरे नाल बह के सारी गल करूंगा, सारी गल तैनूं समझाऊंगा। मैनूं पता मैं जिमी 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 तू ठीक है? जिमी जिमी मैनू माफ कर दे, मेरे करके तेन ये सब करना पिया। जे तेन कुछ हो जाता तो मेरा की होंगे? मेरे मगर पई खुशी ब्याह करा ला, ब्याह कराया। मैं खेड़ा चुरा तेरे गल पाती। मैं कह प्रिया सोनिया और किन्निया को धोखा देगा तू? ना तो सारे यारी दे लायक, ना ही किसी दे प्यार दे लायक तू। SHO साहब नूं मिलना सी। सर जरूरी मीटिंग च ने, तुसी बाहर वेट करो। जी
ਲਿਆ ਗੋਲਡੀ ਕਰਾ ਲਾ ਜਿਹੜੇ ਸੈਨ ਕਰਾਉਣੇ ਆ ਸੱਤੇ ਜਾ ਬਾਹਰੋਂ ਕੁੜੀਆਂ ਨੂੰ ਬੁਲਾ ਕੇ ਲਿਆ ਲੈ ਨਾ ਲੋ ਜਨਾਬ ਬਾਬਾ ਜੀ ਕੁੜੀਆਂ ਕਿੱਥੇ ਗਈਆਂ ਉਹ ਤਾਂ ਗਈਆਂ ਪੁੱਤ ਅੱਛਾ ਮਹਿਕ ਵਧੀਆ ਰਹਿੰਦਾ ਜੇ ਅੱਜ ਤੂੰ ਜਿੰਮੀ ਦੇ ਰੇਪ ਦਾ ਕੇਸ ਪਵਾ ਦਿੰਦੀ ਘੱਟੋ ਘੱਟ ਉਹਨੂੰ ਉਹਦੇ ਕੀਤੇ ਦੀ ਸਜ਼ਾ ਤਾਂ ਮਿਲ ਜਾਂਦੀ ਰੱਬ ਉਹਦੇ ਕੀਤੇ ਦੀ ਸਜ਼ਾ ਹੁਣ ਆਪ ਹੀ ਦਊ ਜੈਕ ਨੇ ਪੁਲਿਸ ਅੱਗੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਆਪਸੀ ਰੰਜਿਸ਼ ਦੇ ਚਲਦਿਆਂ ਮੱਖਣ ਨੇ ਪਾਲੀ ਦੀ ਭੈਣ ਨੂੰ ਗਲਤ ਕੰਮ ਤੇ ਲਾਇਆ ਜਿਸ ਦਾ ਪਤਾ ਲੱਗਣ ਤੇ ਪਾਲੀ ਨੇ ਦੀਪੇ ਦਾ ਕਤਲ ਕਰ ਦਿੱਤਾ ਤੇ ਦੀਪੇ ਦੇ ਕਤਲ ਦੇ ਗੁੱਸੇ ਵਿੱਚ ਜੈਕ ਤੋਂ ਪਾਲੀ ਮਾਰਿਆ ਗਿਆ ਪੁਲਿਸ ਦੀ ਤਫਤੀਸ਼ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਹਮਣੇ ਆਇਆ ਕਿ ਮੱਖਣ ਦੀ ਮੌਤ ਉਪਰੋਂ ਡਿੱਗਣ ਕਰਕੇ ਹੋਈ ਤੇ ਜਿੰਮੀ ਦੀ ਲਾਸ਼ 'ਚੋਂ ਮਿਲੀਆਂ ਗੋਲੀਆਂ ਤੇ ਪਿਸਤੌਲ ਦੇ ਫਿੰਗਰ ਪ੍ਰਿੰਟਸ ਤੋਂ ਪਤਾ ਲੱਗਿਆ ਕਿ ਅੰਬਰ ਵੱਲੋਂ ਹੀ ਜਿੰਮੀ ਨੂੰ ਮਾਰਿਆ ਗਿਆ ਅੰਬਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਮਜਬੂਰਨ ਜਿੰਮੀ 'ਤੇ ਗੋਲੀ ਚਲਾਉਣੀ ਪਈ ਜਿਸ ਦੇ ਆਧਾਰ ਤੇ ਅਦਾਲਤ ਨੇ ਬਾਇਜ਼ਤ ਅੰਬਰ ਨੂੰ ਬਰੀ ਕਰ ਦਿੱਤਾ ਦੋਸਤ ਸਾਨੂੰ ਜਾਣ ਤੋਂ ਵੀ ਵੱਧ ਪਿਆਰੇ ਹੁੰਦੇ ਨੇ ਪਰ ਕਈ ਵਾਰ ਕਿਸਮਤ ਐਸੇ ਹਾਲਾਤ ਪੈਦਾ ਕਰ ਦਿੰਦੀ ਹੈ ਕਿ ਸਾਡੇ ਇਹੀ ਜਾਣ ਤੋਂ ਪਿਆਰੇ ਬਣ ਜਾਂਦੇ ਨੇ ਸਾਡੇ ਹੇਟਰਸ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਹੋ ਸਾਡੀ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਹੋ ਲੋਕੀ ਸਾਡੀ ਯਾਰੀ ਦੀਆਂ ਸੋਹਾਂ ਖਾਂਦੇ ਨੇ ਇੱਕ ਦੂਸਰੇ ਲਈ ਮਰ ਮਰ ਜਾਂਦੇ ਨੇ ਸਾਰੀ ਦੁਨੀਆ ਤੋਂ ਰੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਹੋ ਸਾਡੀ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਸਾਡੀ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਓ ਜਦੋਂ ਲੈ ਕੇ ਘੁੰਮੀਏ ਬਲੈਕ ਗੱਡੀਆਂ ਸਾਨੂੰ ਦੇਖ ਹੁੰਦੀਆਂ ਫਰੀਜ਼ ਨੱਡੀਆਂ ਓ ਯਾਰੀ ਪਿੱਛੇ ਜਾਣ ਹਾਜ਼ਰੀਆ ਹੱਸ ਕੇ ਫੁਕਰੀਆਂ ਕਦੇ ਨੀ ਹਵਾ 'ਚ ਛੱਡੀਆਂ ਖਾਂਦੇ ਮੋਲੀਕਿਊਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਹੋ ਸਾਡੀ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਸਾਡੀ ਯਾਰੀ ਦੇ ਅਸੂਲ ਵੱਖਰੇ ਜਿੱਥੇ ਪੜ੍ਹੇ ਆ ਸਕੂਲ ਵੱਖਰੇ ਉਹ ਕਰਦੇ ਰੰਗੀਨ ਨਿੱਤ ਸ਼ਾਮ ਰਲ ਕੇ ਜੀ ਲਓ ਅੱਜ ਹੋਣਾ ਸਾਡੀ ਯਾਰੀ ਦੇ ਅਸੂਲ ਵੱਖਰੇ